जस टीवी देख रहे हो तुसीं, मैं केपी सिंह तुहाडा स्वागत करता। पंजाब दे विच बेअदबी मामलों ते बहुत ज़्यादा सियासत हुई है, तो बरगाड़ी इंसाफ मोर्चा लग्या। बरगाड़ी इंसाफ मोर्चा दे समाप्ति दीआं खबरां आउण लग पईआं, संकेत उहदे आउण लग पए, तो इस दे विचाले सुखपाल सिंह खहरा, डॉक्टर गांधी ते सिमरजीत बैंस हरां दा इंसाफ मार्च आ, उहदे शुरुआत दीआं तैयारियां कीतीआं जा रहीआं। इस सब दे विचाले श्रोमणी अकाली दल बारे खबर आ रही है कि समुची लीडरशिप हुण माफ़ी मंगण दी तैयारी विच हैगी। इन्हां सारीआं खबरां दे विचाले तथ की लुकया होया, उन्होंने सारे तत्थों पर गल करनी है कि है मोर्चा मार्च से माफ़ी। एको सवाल पूछा कि इंसाफ लिए की काफ़ी। मसला इंसाफ का अज बहस क्यों कर रहे हैं, तुम बिंदु दस दिए जिन्हें बिंदुओं से बहस करनी है। बरगाड़ी इंसाफ मोर्चे को खत्म करते दिए जा रहे हैं संकेत, खुद मतवादी जथेदार मांड से दादूवाल ने इशारा कर दिता। 8 दिसंबर तो 16 दिसंबर तक इंसाफ मार्च का ऐलान पहले किया जा चुका है। सुखपाल सिंह खहरा, बैंस भरा, डॉक्टर गांधी इस इंसाफ मार्च की अगवाई करेंगे। श्रोमणी अकाली दल वालों पश्चाताप करन दीआं कंसुआं ने, श्री अकाल तख्त साहब अगे समुची लीडरशिप माफ़ी मंग सकती है। हालांकि अकाली दल इन्हां खबरां नूं खारिज भी कर सकता है, पर यह खबर जिहड़ियां ओह चल रहीआं हैगीआं। मोर्चा मार्च ते माफ़ी दे ऐलान ते पक्की सूबे की सियासत, विरोधियों ते हमलावर होईआं, सियासी धिरां ते तिखी बयानबाजी भी हो रही है। बयानबाजी की हो रही है पहलां सुन लईए। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ, ਸਿੰਘਾਂ ਦੇ ਕਾਤਲ ਜੇਲ੍ਹ ਦੀਆਂ ਸਲਾਖਾਂ ਪਿੱਛੇ, ਔਰ ਜਿਹੜੇ ਸਾਡੇ ਬੰਦੀ ਵੀਰ ਜਿਨ੍ਹਾਂ ਦੀਆਂ ਜੇਲ੍ਹ ਤਬਦੀਲੀਆਂ ਬਣਦੀਆਂ, ਜੇਲ੍ਹ ਤਬਦੀਲੀ ਜਿਨ੍ਹਾਂ ਦੀਆਂ ਪੈਰੋਲਾਂ ਬਣਦੀਆਂ, ਪੈਰੋਲਾਂ ਤੇ ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਨੇ, ਉਹਨਾਂ ਦੀਆਂ ਰਿਹਾਈਆਂ ਕਰਵਾ ਕੇ ਮੋਰਚਾ ਸਫਲਤਾ ਦੇ ਨਾਲ ਸਮਾਪਤ ਹੋਵੇਗਾ ਚੜ੍ਹਦੀ ਕਲਾ ਦੇ ਨਾਲ। ਸੋ ਆਓ ਸਰਕਾਰ ਦੀ ਗੱਲਬਾਤ ਬਰਗਾੜੀ ਇਨਸਾਫ ਮੋਰਚੇ ਦੇ ਨਾਲ, ਆਗੂਆਂ ਦੇ ਨਾਲ, ਜਥੇਦਾਰ ਮੰਡ ਸਾਹਿਬ ਦੇ ਨਾਲ ਲਗਾਤਾਰ ਜਾਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਮੋਰਚਾ ਆਪਣੀਆਂ ਮੰਗਾਂ ਮਨਵਾ ਕੇ ਚੜ੍ਹਦੀ ਕਲਾ ਨਾਲ ਜਕਾਰਿਆਂ ਦੀ ਗੂੰਜ ਵਿੱਚ ਸਮਾਪਤ ਹੋਵੇ। ਸਰਕਾਰ ਨਾਲ ਸਾਡੀ ਗੱਲ ਲਗਾਤਾਰ ਚੱਲਦੀ ਰਹਿੰਦੀ ਹੈ, ਕਦੀ ਗੱਲਬਾਤ ਉਹਦੇ ਅਸੀਂ ਪਿੱਛੇ ਕਦੀ ਹਟੇ ਨਹੀਂ, ਅਤੇ ਹੁਣ ਸੰਭਾਵਨਾ ਹੈਗੀ ਹੈ ਫਿਰ, ਅਤੇ ਜਿਵੇਂ ਹੁਣ ਉਹ ਵਾਪਰੂਗਾ ਫਿਰ ਸਾਰੇ ਨੇ ਸਾਹਮਣੇ ਆਊਗੀ ਜਿਹੜੀ ਗੱਲ ਹੈਗੀ। ਅੱਜ ਕੀ ਐਲਾਨ ਕੀਤਾ ਗਿਆ? ਨਹੀਂ, ਅੱਜ ਇਹੀ ਕਿਹਾ ਗਿਆ ਕਿ ਸਰਕਾਰ ਵੀ ਗੱਲ ਕਰਨਾ ਚਾਹੁੰਦੀ ਹੈ, ਅਸੀਂ ਵੀ ਗੱਲ ਕਰਨਾ ਚਾਹੁੰਦੇ ਹਾਂ ਵੀ ਇਸ ਮਸਲੇ ਦਾ ਜਿਹੜਾ ਹੱਲ ਆ ਉਹ ਹੋਵੇ, ਇਹ ਜਿਹੜੀਆਂ ਜਾਇਜ਼ ਅਤੇ ਕਾਨੂੰਨੀ ਮੰਗਾਂ ਨੇ ਇਹ ਮੰਨੀਆਂ ਜਾਣ। ਸਰਕਾਰ ਤਿਆਰ ਹੋ ਗਈ ਮੰਨਣ ਨੂੰ? ਹਾਂ, ਸਰਕਾਰ ਨਾਲ ਗੱਲਬਾਤ ਚੱਲਦੀ, ਬਾਕੀ ਇਹ ਤਾਂ ਐਤਵਾਰ ਨੂੰ ਪਤਾ ਲੱਗੂ। ਉਹ ਤਾਂ ਸਰਕਾਰ ਦਾ ਹੀ ਕੰਮ ਹੈ ਜੀ, ਸਰਕਾਰ ਤੋਂ ਹੀ ਪੁੱਛ ਲਓ ਕਿ ਜਦੋਂ ਸਰਕਾਰ ਕਹੇਗੀ ਚਾਲੂ ਹੋ ਜਾਏਗਾ, ਜਦੋਂ ਸਰਕਾਰ ਕਹੇਗੀ ਬੰਦ ਹੋ ਜਾਏਗਾ। ਇਸ ਕਰਕੇ ਉਹਨਾਂ ਦਾ ਸਾਰਾ ਜਿਹੜਾ ਜਿੰਦਾ ਕੁੰਜੀ ਸਾਰਾ ਕੁਛ ਉਹ ਸਰਕਾਰ ਕੋਲ ਹੀ ਹੈ। ਇਸ ਕਰਕੇ ਸਰਕਾਰ ਦੇ ਮੰਤਰੀ ਜਾ ਕੇ ਸ਼ੁਰੂ ਕਰਾਉਂਦੇ ਆ, ਸਰਕਾਰ ਦੇ ਮੰਤਰੀ ਕੰਟੀਨਿਊ ਕਰਾਉਂਦੇ ਆ, ਸਰਕਾਰ ਦੇ ਹੁਕਮਾਂ 'ਤੇ ਬੰਦ ਹੋਣਾ, ਸਰਕਾਰ ਦੇ ਹੁਕਮਾਂ 'ਤੇ ਚੱਲਦਾ। ਇਸ ਕਰਕੇ ਉਹ ਖੇਡ ਸਾਰੀ ਸਰਕਾਰ ਦੇ ਹੱਥ 'ਚ, ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ, ਉਹ 'ਤੇ ਅਸੀਂ ਕੋਈ ਕਮੈਂਟ ਕਰਨਾ ਸਾਡਾ ਠੀਕ ਨਹੀਂ। ਵਕਤ ਤਾਂ ਪਹਿਲਾਂ ਵੀ ਜਾਂਦੇ ਰਹੇ ਆ, ਪਰ ਪੰਥਕ ਜਥੇਬੰਦੀਆਂ ਬੜੀ ਦ੍ਰਿੜ ਨਿਸ਼ਚੇ ਦੇ ਨਾਲ ਮੋਰਚਾ ਗੱਡੀ ਬੈਠੀਆਂ ਨੇ। ਪੰਥਕ ਮੋਰਚਾ, ਇਨਸਾਫ ਮੋਰਚਾ ਬੜੀ ਦ੍ਰਿੜਤਾ ਦੇ ਨਾਲ ਕੱਢਿਆ ਹੋਇਆ। ਉਦੋਂ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਇਹਨਾਂ ਨੂੰ ਫੜ ਕੇ ਕਟਹਿਰੇ 'ਚ ਖੜਾ ਕਰ ਦਿਓ, ਅਦਾਲਤੀ ਪ੍ਰਕਿਰਿਆ, ਅਦਾਲਤ ਕੀ ਉਹਨਾਂ ਨੂੰ ਸਜ਼ਾ ਦਿੰਦੀ ਹੈ, ਮੋਰਚਾ ਚੱਕ ਲੈਣਗੇ ਉਹ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਿਰਮੂਲ ਹੈਗੀਆਂ ਨੇ, ਇਹ ਕਾਂਗਰਸ ਹਕੂਮਤ ਦੀ ਇੱਕ ਚਾਲ ਦਾ ਹਿੱਸਾ ਹੈਗੀਆਂ ਨੇ। ਕਿਉਂਕਿ ਅਸੀਂ ਜਿਹੜਾ ਰੋਸ ਮਾਰਚ, ਬਹੁਤ ਸਾਰੇ ਇਨਸਾਫ ਪਸੰਦ ਜਥੇਬੰਦੀਆਂ ਨੇ, ਲੋਕ ਇਨਸਾਫ ਪਾਰਟੀ, ਖਹਿਰਾ ਸਾਹਿਬ, ਡਾਕਟਰ ਧਰਮਵੀਰ ਗਾਂਧੀ ਔਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਰੋਸ ਮਾਰਚ, ਇਨਸਾਫ ਮਾਰਚ ਦੇ ਨਾਮ ਦੇ ਹੇਠ 250 ਕਿਲੋਮੀਟਰ ਦੂਰ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਦਾ ਦਰਵਾਜ਼ਾ ਖੜਕਾਉਣ ਵਾਸਤੇ ਵੀ ਕਾਰਵਾਈ ਕਿਵੇਂ ਨਹੀਂ ਕਰਦਾ। ਸੋ ਇਹ ਸਾਰਾ ਕੁਛ ਠੰਡਾ ਪਾਉਣ ਵਾਸਤੇ ਸਰਕਾਰ ਦੀ ਇੱਕ ਚਾਲ ਆ, ਪਰ ਜਿਹੜੇ ਮਾਨਯੋਗ ਸ਼ਖਸੀਅਤਾਂ ਬਰਗਾੜੀ ਦੇ ਵਿੱਚ ਇਨਸਾਫ ਮੋਰਚਾ ਲਾਈ ਬੈਠੀਆਂ, ਇਸ ਚਾਲ ਦੇ ਵਿੱਚ ਕਦੇ ਨਹੀਂ ਆਉਣ। ਸੰਗਤ ਨੂੰ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਮੰਗਾਂ ਮੰਨੀਆਂ ਜਾਣ, ਪਰ ਸਰਕਾਰਾਂ ਦੇ 100-100 ਹੱਥ ਹੁੰਦੇ ਆ, 100-100 ਜ਼ਬਾਨਾਂ ਹੁੰਦੀਆਂ। ਮੈਂ ਬੇਨਤੀ ਕਰਦਾ ਜਥੇਦਾਰ ਸਾਹਿਬਾਨ ਨੂੰ ਕਿ ਬਹੁਤ ਸੋਚ ਸਮਝ ਕੇ ਸਰਕਾਰ ਨਾਲ ਡੀਲ ਕੀਤਾ ਜਾਵੇ, ਕਿਉਂਕਿ ਹੁਣ ਵਾਲੀ ਸਰਕਾਰ ਅਤੇ ਜਿਹੜੀ ਪਹਿਲੀ ਕਾਲੇ ਕਾਰਨਾਮੇ ਵਾਲੀ ਸਰਕਾਰ ਸੀ, ਉਹਨਾਂ ਦੀ ਕਾਰਗੁਜ਼ਾਰੀ ਮਤਲਬ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਪ੍ਰਤੀ ਜਿਹੜੀ ਨਾ ਪੱਖੀ ਰਹੀ ਹੈ। ਅਤੇ ਕਹਿੰਦੇ ਉਹ ਚੱਲੇ ਹੈ ਜੀ, ਕਹਿੰਦਾ ਦਰਬਾਰ ਸਾਹਿਬ ਚੱਲੇ ਹੈ, ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਾ ਕੇ ਮਾਫ਼ੀ ਮੰਗਣਗੇ, ਗੁੱਜੀ ਜੀ ਮਾਫ਼ੀ ਮੰਗਣਗੇ, ਅਨਸਪੈਸੀਫਾਈਡ
अनदेखे जे कोई भुला हो गया हूं अनदेखी वाली तो कर देंगे वाहेगुरु परम परमात्मा परम परमात्मा परमेश्वर बहुत वड्डा दिल है कोई गुनाह करके चले जाओ माफ कर देंगे वाहेगुरु तो माफ कर देंगे साहब पर जिन्हां दे परिवार रुले है वह किवें कर देंगे माफ वह जिहड़े किसान मारते जिहड़े रोलते पांच पांच करोड़ रुपये की रिश्वत वास्ते नकली दवाइयां दे के नकली बीज दे के वह किसान तुहानूं माफ कर देंगे सवाल क्यों पुछा वड्डा सवाल यह पुछा कि पंजाब विच मोर्चा मकोन मार्च शुरू करन ते माफ़ी मंगन दे ऐलान दा इंसाफ नाल किन्ना कनैक्शन हैगा क्योंकि सारा मसला इंसाफ नाल जुड़िया होया ते इंसाफ नाल कनैक्शन है किन्ना इस ते बहस करांगे खास पैनल साडा मौजूद हैगा उन्हां तुहाडा तारफ करा रहे हैं डॉक्टर गुरदर्शन सिंह ढिल्लों सिख बुद्धिजीवी ने सिख स्कॉलर ने डॉक्टर ढिल्लों तुहाडा बहुत स्वागत है कैप्टन चरण सिंह सिद्धू यूनाइटेड सिख मूवमेंट तों ने ते ए बरगाड़ी मोर्चे दे नाल लंबे समय तो जुड़े रहे कैप्टन थोड़ा बहुत स्वागत है चंद सिंह बराड़ श्रोमणी अकाली दल तो है बराड़ साहब थोड़ा बहुत स्वागत है रिंपल मिड्डा कांग्रेस तो है मिड्डा साहब थोड़ा बहुत स्वागत है तो बूटा सिंह बराकी आम आदमी पार्टी के खैर तुहाडे तो ने बूटा सिंह बराकी थोड़ा बहुत स्वागत है सब तो पहला सवाल रिंपल मिड्डा तुहानू पूछना चाहूँगा रिंपल मिड्डा तुहाडे विरोधी कह रहे हैं सरकारी मोर्चा सीगा सरकार ने खत्म कराता देखो जिहड़ा विरोधियों की गल है ये तो दोष लाना इन्हों का हक है और जिहड़ी असल जिन्हें भी सिख बुद्धिजीवी ने और जिहड़े पिछले समय दे विच जो भी वाकया होए जिस तरीके नाल कड़ी दर कड़ी जुड़े और उस तो जिहड़ी ओ पीड़ सीगी ओ पीड़ जिहड़ी है ओ कदे भी कोई जिहड़ा मोर्चा है सरकार रिपल मेटा बिल्कुल मैं दस रहा पीड़ चोकती मैं दस रहा तुसी की उहनां नूं मैं दस रहा हां जिहड़ी ओ पीड़ है और कदे भी सरकार दा जिहड़ा कोई अपने विरुद्ध कोई मोर्चा लवाउंदा है गल ए है कि जिहड़ी ए पीड़ सी इस नूं चुगण दे विच कैप्टन अमरिंदर सिंह दी सरकार जिहड़ी है ओह बिल्कुल जिहड़ी एक तरीके नाल वचनबद्ध भी सी और बड़ी इमानदारी दे नाल ओह जिहड़ी ओह तड़फ नूं महसूस भी कर रही सी और उस दे विच ही सी कि असीं सब तो पहलां जस्टिस रणजीत सिंह कमिशन बनाया और कमिशन तो बाद सारे जिहड़े तत् ने ਜਿੰਨੀਆਂ ਇਨਵੈਸਟੀਗੇਸ਼ਨਸ ਨੇ ਰਿੰਪਲ ਬੇਟਾ ਕਮਾ ਰਹੇ ਹੋ ਨਹੀਂ ਕਮਾ ਰਿਹਾ ਮੈਂ ਕਹਿ ਰਿਹਾ ਕਿ ਜਸ ਰਣਜੀਤ ਸਿੰਘ ਕਮਿਸ਼ਨ ਬਣਿਆ ਉਹਨਾਂ ਨੂੰ ਪਤਾ ਐਸਟੀ ਬਣੀ ਦੇਖੋ ਉਸ ਦੇ ਵਿੱਚ ਦੋ ਗੱਲਾਂ ਸੀ ਰਿੰਪਲ ਬੇਟਾ ਸਵਾਲ ਬੜਾ ਸਿੱਧਾ ਸਿੱਧਾ ਜਵਾਬ ਦਿਓ ਮੈਂ ਸਿੱਧਾ ਹੀ ਦੇ ਰਿਹਾ ਤੁਸੀਂ ਮੈਨੂੰ ਬੋਲਣ ਹੀ ਨਹੀਂ ਦਿਓ ਮੈਂ ਸਵਾਲ ਬੜਾ ਸਿੰਪਲ ਕਰ ਰਿਹਾ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਿਹਾ ਕਿ ਜਿੰਨਾ ਵੀ ਨੇ ਵੀ ਤੁਸੀਂ ਉਹਨਾਂ ਨੂੰ ਕੀ ਕਿਹਾ ਹੁਣ ਬਿਲਕੁਲ ਜਿੰਨਾ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਜਿਹੜੀ ਸੀ ਪਾਵਨ ਪਵਿੱਤਰ ਬੀੜ ਨੂੰ ਹੱਥ ਪਾਇਆ ਸੀ ਸਾਰੇ ਦੇ ਸਾਰੇ ਲੋਕ ਅੰਦਰ ਦਿੱਤੇ ਹੋਏ ਆ ਔਰ ਜਿਹੜਾ ਸੱਚਾ ਸੌਦਾ ਨੂੰ ਮਾਫ਼ੀਨਾਮੇ ਵਾਲਾ ਪ੍ਰਕਰਨ ਸੀ ਉਸ ਦੇ ਉੱਤੇ ਜਿਹੜੀ ਹੈ ਸਿੱਟ ਆਫ ਦਾ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ ਕਿਹਾ ਕਿ ਸਾਡੀ ਇਮਾਨਦਾਰੀ ਤੇ ਮੋਰਚੇ ਦੇ ਵਿੱਚ ਬੈਠੇ ਲੋਕਾਂ ਨੂੰ ਅਸੀਂ ਇਮਾਨਦਾਰੀ ਨਾਲ ਸਾਡੇ ਤੇ ਸ਼ੱਕ ਨਾ ਕਰੋ ਅਸੀਂ ਇਮਾਨਦਾਰੀ ਨਾਲ ਇਨਸਾਫ਼ ਕਰ ਰਹੇ ਹਾਂ ਵਾਪਸ ਆਉਂਗਾ ਤੁਹਾਡੇ ਕੋਲ ਬੁੱਢਾ ਸਿੰਘ ਬਰਾਕੀ ਤੁਹਾਡਾ ਇਨਸਾਫ਼ ਮਾਰਚ ਤਾਂ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਨਹੀਂ ਸਿੰਘ ਜੀ ਇਨਸਾਫ਼ ਮਾਰਚ ਖਤਮ ਹੋਣ ਵਾਲੀ ਤਾਂ ਗੱਲ ਨਹੀਂ ਹੈ ਜਿਹੜਾ ਇਨਸਾਫ਼ ਦਾ ਪ੍ਰੋਸੈਸ ਆ ਜਸਟਿਸ ਦਾ ਇਹ ਲਗਾਤਾਰ ਕੰਟੀਨਿਊ ਰਹਿੰਦਾ ਚੱਲਦਾ ਰਹਿੰਦਾ ਜਦੋਂ ਜਦੋਂ ਇਨਜਸਟਿਸ ਹੁੰਦਾ ਵਾ ਪੰਜਾਬ ਦੀ ਪਿੱਛੇ ਆਪਾਂ ਦੇਖੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਿਹੱਤਿਆਂ ਦਾ ਗੋਲੀਆਂ ਦੇ ਵਿੱਚ ਮਾਰਿਆ ਜਾਣਾ ਕਿਸਾਨਾਂ ਦੀ ਦੁਰਦਸ਼ਾ ਮਜ਼ਦੂਰਾਂ ਦੀ ਦੁਰਦਸ਼ਾ 190 ਦਿਨ ਹੋ ਗਏ ਉਹਨਾਂ ਨੂੰ ਮੋਰਚਾ ਲਾਈ ਬੈਠਿਆਂ ਨੂੰ ਜੇ ਹੁਣ ਇਹ ਸੰਕੇਤ ਆ ਰਿਹਾ 192 ਦਿਨ ਮੋਰਚਾ ਖਤਮ ਹੋ ਜਾਏਗਾ ਤੁਸੀਂ 180 ਕਿਲੋਮੀਟਰ ਯਾਤਰਾ ਕਰਨੀ ਹੈਗੀ ਆ ਬਿਲਕੁਲ ਕੀ ਲੈ ਕੇ ਆਓਗੇ ਤੁਸੀਂ ਸਰਕਾਰ ਤੋਂ 180 ਕਿਲੋਮੀਟਰ ਯਾਤਰਾ ਕਰਕੇ ਅਸੀਂ ਕੋਈ ਵੀ ਜਿਹੜੀ ਆਰਗੇਨਾਈਜੇਸ਼ਨ ਬੈਠਦੀ ਉਹ ਐਜ਼ ਏ ਪ੍ਰੈਸ਼ਰ ਗਰੁੱਪ ਕੰਮ ਕਰਦੀ ਆ ਅਸੀਂ ਸਰਕਾਰ ਤੇ ਪ੍ਰੈਸ਼ਰ ਪਾਵਾਂਗੇ ਵੱਧ ਤੋਂ ਵੱਧ ਪੂਰੇ ਆਵਾਮ ਜਿੰਨੇ ਵੀ ਪੰਜਾਬ ਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਇੱਕ ਪ੍ਰੈਸ਼ਰ ਗਰੁੱਪ ਜਿਨ੍ਹਾਂ ਦੇ ਸਾਰੇ ਤੁਸੀਂ ਚਾਰੇ ਸੀ ਉਹ ਪ੍ਰੈਸ਼ਰ ਗਰੁੱਪ ਤੁਹਾਡੇ ਤੋਂ ਪਾਸੇ ਆ ਕਿਹੜਾ ਜੀ ਪ੍ਰੈਸ਼ਰ ਗਰੁੱਪ ਚ ਬਰਗਾੜੀ ਇਨਸਾਫ ਮੋਰਚਾ ਜਿਨ੍ਹਾਂ ਦੇ ਸਾਰੇ ਤੁਸੀਂ ਚੱਲੇ ਸੀ ਉਹ ਇੱਕ ਇਨਗਰੀਡੀਐਂਟ ਸੀ ਉਹਨਾਂ ਦੇ ਸਹਾਰੇ ਨਹੀਂ ਸੀ ਚੱਲਿਆ ਸੀ ਫਰੋਮ ਦਾ ਡੇ 1 ਤੁਸੀਂ ਸਾਡੀਆਂ ਸਟੇਟਮੈਂਟਸ ਦੇਖ ਲਓ ਅਸੀਂ ਪੰਜਾਬ ਦੇ ਸਾਰੇ ਜਿਹਦੇ ਮਾਲਵੇਤ ਹੈਗੇ ਆ ਭੱਖ ਦੇ ਮੁੱਦੇ ਉਹਨਾਂ ਦੀ ਥਾਂ ਤੇ ਅਲਟੀਮੇਟਮ ਤੁਸੀਂ ਦੇ ਰਹੇ ਸੀ ਬੁੱਢਾ ਸਿੰਘ ਬਰਾਗੀ ਉਹਨਾਂ ਦੀ ਥਾਂ ਤੇ ਅਲਟੀਮੇਟਮ ਤੁਸੀਂ ਦੇ ਰਹੇ ਸੀ ਕੋਟਪੁਰਾ ਦਾਣਾ ਮੰਡੀ ਚ ਖੜ ਕੇ ਉਹਨਾਂ ਦੀ ਥਾਂ ਤੇ ਅਲਟੀਮੇਟਮ ਤੁਸੀਂ ਦਿੱਤੇ ਸੀਗੇ ਕੱਲ ਨੂੰ ਅਸੀਂ ਇਨਸਾਫ ਤੁਹਾਡੇ ਅਲਟੀਮੇਟਮ ਖਾਰਜ ਕਰਤੇ ਉੱਥੇ ਕੇਪੀ ਸਿੰਘ ਜੀ ਵੇਟ ਕਰੋ ਤੁਸੀਂ ਥੋੜਾ ਜਿਹਾ ਐਡਵਾਂਸ ਜ਼ਿਆਦਾ ਚੱਲ ਰਹੇ ਆ 16 ਤਰੀਕ ਨੂੰ ਇੱਕ ਵੱਡਾ ਐਲਾਨ ਹੋਊਗਾ ਇਸ ਇਨਸਾਫ ਮਾਰਚ ਤੋਂ ਬਾਅਦ ਉਹ ਪੰਜਾਬੀਅਤ ਦੇ ਲਈ ਹੋਊਗਾ ਉਹ ਪੰਜਾਬ ਨੂੰ ਬਚਾਉਣ ਦੇ ਲਈ ਹੋਊ ਜਿੱਥੋਂ ਤੱਕ ਇਨਸਾਫ ਦੀ ਗੱਲ ਆ ਜਸ ਪੰਜਾਬੀ ਗਰੁੱਪ ਵੀ ਕੋਈ ਇਨਸਾਫ ਲਈ ਮੋਰਚਾ ਲਾਉਂਦਾ ਧਰਨਾ ਲਾਉਂਦਾ ਕੋਈ ਇਨੀਸ਼ੀਏਟਿਵ ਕਰਦਾ ਅਸੀਂ ਉਹਦੀ ਵੀ ਪੈਠ ਨੂੰ ਥੜ ਫੜਾਵਾਂਗੇ ਉਹਨੂੰ ਵੀ ਅਸੀਂ ਹੱਲੇ ਛੇੜ ਲਾਵਾਂਗੇ ਇੱਕ ਛੋਟਾ ਬੱਕਾ ਲਾਵਾਂਗੇ ਬੱਕੇ ਤੋਂ ਵਾਪਸ ਆਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਦਾ ਇਨਸਾਫ ਨਾਲ ਕਿੰਨਾ ਕਨੈਕਸ਼ਨ ਹੈਗਾ ਜੇ 16 ਤਰੀਕ ਨੂੰ ਵੱਡੇ ਐਲਾਨ ਹੋ ਜਾਣਗੇ 14 ਤਰੀਕ ਨੂੰ ਵੱਡੇ ਐਲਾਨ ਹੋਣੇ ਆ ਇਸ ਦਸੰਬਰ ਦੀਆਂ ਤਰੀਕਾਂ ਹੈਗੀਆਂ ਵੱਡੇ ਐਲਾਨ ਹੋਣੇ ਆ ਇਹ ਸਭ ਦੇ ਵਿਚਾਲੇ ਸਰਦਰੁੱਤ ਇਜਲਾਸ ਵੀ ਆ ਰਿਹਾ ਹੈਗਾ ਉਸ ਤੋਂ ਪਹਿਲਾਂ ਜਿਹੜਾ ਐਮ ਵਾਲਾ ਫਾਰਮੂਲਾ ਹੈਗਾ ਮੋਰਚਾ ਮਾਰਚ ਤੇ ਮਾਫੀ ਵਾਲਾ ਉਸ ਐਮ ਫਾਰਮੂਲੇ ਦਾ ਮਾਹੌਲ ਆ ਜਿਹੜਾ ਕਿਉਂ ਤਿਆਰ ਕੀਤਾ ਜਾ ਰਿਹਾ ਇਸ ਦੀਆਂ ਪਿਛਲੀਆਂ ਪਰਤਾਂ ਜਿਹੜੀਆਂ ਹੈਗੀਆਂ ਉਹ ਅਸੀਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹੈਗੇ ਬ੍ਰੇਕ ਤੋਂ ਵਾਪਸ ਆਵਾਂਗੇ
ਪੰਜਾਬ ਵਿੱਚ ਮੋਰਚਾ ਮੁਕਾਉਣ, ਮਾਰਚ ਸ਼ੁਰੂ ਕਰਨ ਅਤੇ ਮਾਫ਼ੀ ਮੰਗਣ ਦੇ ਐਲਾਨ ਦਾ ਇਨਸਾਫ਼ ਰੱਖ ਕੇ ਨਾ ਕਨੈਕਸ਼ਨ। ਸ਼੍ਰੋਮਣੀ ਅਕਾਲੀ ਦਲ ਤੋਂ ਚਰਨਜੀਤ ਬਰਾੜ ਹੈ। ਬਰਾੜ ਸਾਹਿਬ, ਬਹੁਤ ਵਾਰ ਤੁਹਾਨੂੰ ਆਮ ਲੋਕਾਂ ਨੇ ਵੀ ਕਿਹਾ, ਤੁਹਾਡੇ ਵਿਰੋਧੀ ਧਿਰਾਂ ਨੇ ਵੀ ਕਿਹਾ ਅਤੇ ਤੁਹਾਡੇ ਸਾਥੀਆਂ ਨੇ ਵੀ ਕਿਹਾ ਕਿ ਤੁਹਾਨੂੰ ਪਛਤਾਪ ਕਰਨਾ ਚਾਹੀਦਾ, ਹੁਣ ਇਹ ਫੈਸਲਾ ਹੋ ਚੁੱਕਿਆ। ਦੇਖੋ, ਇੱਕ ਮੈਂ ਬੇਨਤੀ ਕਰਾਂ ਕਿ ਪਿਛਲੇ ਦਿਨਾਂ 'ਚ ਵੀ ਜਦੋਂ ਜਿਹੜਾ ਸੀਗਾ 1984 ਦੇ ਸੰਬੰਧ 'ਚ ਅਸੀਂ ਪੰਜੋ ਤਖ਼ਤ ਸਾਹਿਬਾਨਾਂ 'ਤੇ ਪਾਠ ਦੇ ਭੋਗ ਪਾ ਕੇ ਅਤੇ ਇੱਕ ਅਰਦਾਸ ਬੇਨਤੀ ਸਮੂਹ ਸੰਗਤ ਨੂੰ ਨਾਲ ਲੈ ਕੇ ਕੀਤੀ ਸੀ, ਉਹਦੇ 'ਚ ਵੀ ਬੜੀ ਵੱਡੀ ਕਾਮਯਾਬੀ ਮਿਲੀ ਹੈ। ਹੁਣ ਵੀ ਜਿਹੜਾ ਸੀਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਅਖੰਡ ਪਾਠ ਸਾਹਿਬ ਕਰਵਾ ਕੇ ਪੰਥ ਦੀ ਚੜ੍ਹਦੀ ਕਲਾ ਲਈ, ਔਰ ਜਿਹੜਾ ਸੀਗਾ ਕਿ ਮੈਂ ਕਹਾਂ ਕਿ ਜੇ ਕੋਈ ਉਸ ਵੇਲੇ ਵੀ ਅਸੀਂ ਅਰਦਾਸ ਕੀਤੀ ਸੀ ਕਿ ਗੁਰੂ ਸਾਹਿਬ ਦੇ ਜਿਹੜੇ ਦੋਖੀ ਆ ਉਹ ਹਰ ਹਾਲਤ 'ਚ ਕਟਹਿਰੇ 'ਚ ਹੋਣੇ ਚਾਹੀਦੇ ਆ, ਔਰ ਅੱਜ ਵੀ ਜਿਹੜੀ ਹੈਗੀ ਆ ਅਸੀਂ ਜਦੋਂ ਜਾਵਾਂਗੇ ਤਾਂ ਇਹੀ ਅਰਦਾਸ ਬੇਨਤੀ ਫਿਰ ਕਰਾਂਗੇ। ਇਸ ਕਰਕੇ ਮੈਂ ਸਮਝਦਾ ਕਿ ਗੁਰੂ ਦਾ ਘਰ ਹੈ, ਗੁਰੂ ਦੇ ਘਰ ਦੇ ਵਿੱਚ ਜਦ ਜਾ ਕੇ ਜਿੰਨੀਆਂ ਅਰਦਾਸਾਂ ਕੀਤੀਆਂ ਜਾ ਸਕਣ, ਜਿੰਨੀਆਂ ਬੇਨਤੀਆਂ ਕੀਤੀਆਂ ਜਾ ਸਕਣ, ਤਾਂ ਉਹ ਸਮੇਂ ਸਮੇਂ 'ਤੇ ਪ੍ਰਵਾਨ ਚੜ੍ਹਦੀਆਂ ਰਹੀਆਂ, ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਮੁੱਚਾ ਪੰਥ ਸ਼੍ਰੋਮਣੀ ਅਕਾਲੀ ਦਲ ਪਲੱਸ ਸਾਰਾ ਇਹ ਚੜ੍ਹਦੀ ਕਲਾ 'ਚ ਰਹੂਗਾ, ਔਰ ਜਿਹੜੀਆਂ ਕੋਈ ਕਿਸੇ ਵੀ ਕਿਸਮ ਦੀ ਕੋਈ ਕੋਤਾਹੀ, ਮੰਨ ਲਓ ਜਿਵੇਂ ਕੋਈ ਹਲੇ ਵੀ ਜੇ ਕੋਈ ਦੋਸ਼ੀ ਰਹਿੰਦਾ ਤਾਂ ਉਹ ਫੜੇ ਜਾਣ ਦੀ ਅਸੀਂ ਅਰਦਾਸ ਬੇਨਤੀ ਹੈ ਜਿਹੜੀ ਉਹ ਕਰਾਂਗੇ। ਪੰਥ ਦੀ ਚੜ੍ਹਦੀ ਕਲਾ ਲਈ, ਅਕਾਲੀ ਦਲ ਦੀ ਚੜ੍ਹਦੀ ਕਲਾ ਲਈ, ਕੁਦਰਤੀ ਗੱਲ ਹੈ, ਮੈਂ ਪੰਥ ਦੀ ਪਾਰਟੀ ਦੀ ਮੈਂ ਕਰਤੀ ਹੈ। ਉਹ ਤੁਸੀਂ ਗੱਲ ਕਹਿਤੀ ਹੈ, ਵੈਸੇ ਮੈਂ ਜਾਣਬੁੱਝ ਕੇ ਪੁੱਛ ਲਿਆ ਸੀ, ਵੈਸੇ ਗਲਤੀ ਨਾਲ ਮਾਫ਼ ਕਰ ਦਿਓ ਮੈਨੂੰ, ਚਲੋ ਤੁਸੀਂ ਤੁਹਾਨੂੰ ਮਾਫ਼ੀ ਮੰਗਣ ਜਾ ਰਹੇ ਹੋ। ਚੰਜੀ ਬਰਾੜ, ਸਵਾਲ ਇੱਕ ਬੜਾ ਮਹੱਤਵਪੂਰਨ ਹੈਗਾ ਕਿ ਤੁਸੀਂ ਕਿਹੜੀਆਂ ਭੁੱਲਾਂ ਦੀ ਮਾਫ਼ੀ ਮੰਗਣ ਜਾ ਰਹੇ ਹੋ? ਦੇਖੋ, ਅਸੀਂ ਹਾਲੇ ਤੀਕ ਮੈਂ ਤਾਂ ਇਹ ਗੱਲ ਕਹੀ ਨਹੀਂ, ਤੁਸੀਂ ਕਹਿ ਰਹੇ ਹੋ, ਮੈਂ ਇਹ ਬੇਨਤੀ ਕਰ ਰਿਹਾ ਕਿ ਅਸੀਂ ਅਰਦਾਸ ਬੇਨਤੀ ਲਈ ਜਾ ਰਹੇ ਹਾਂ। ਕੱਲ੍ਹ ਨੂੰ ਜਦੋਂ ਖੰਡਪਟ ਸਾਹਿਬ ਪ੍ਰਕਾਸ਼ ਹੋਣਗੇ, ਸਿੰਘ ਸਾਹਿਬ ਜਿਹੜੇ ਹੋਣਗੇ ਮੌਕੇ 'ਤੇ, ਜਿਹਨਾਂ ਨੇ ਵੀ ਅਰਦਾਸ ਬੇਨਤੀ ਕਰਨੀ ਹੈ, ਅਰਦਾਸ ਕਰਨੀ ਹੈ ਪ੍ਰਕਾਸ਼ ਵੇਲੇ, ਉਹ ਤੁਸੀਂ ਮੇਰੇ ਖਿਆਲ ਹੈ ਕਿ ਜੇ ਸੁਣੋ ਤਾਂ ਜ਼ਿਆਦਾ ਬਿਹਤਰ ਹੋਊਗਾ, ਕਿਉਂਕਿ ਮੈਂ ਇੱਥੇ ਬੈਠ ਕੇ ਮੈਂ ਤਾਂ ਇਹ ਕਹਿੰਦਾ ਕਿ ਖੰਡਪਟ ਸਾਹਿਬ ਕਰਵਾ ਕੇ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਨੀ ਹੈ। 8 ਦਸੰਬਰ ਦਾ ਦਿਨ ਕਿਉਂ ਚੁਣਿਆ? ਕੋਈ ਐਸਾ 8 ਦਸੰਬਰ ਦੇ ਦਿਨ ਵਾਲੀ ਕੋਈ, ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਆ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਉਹਨਾਂ ਦਾ ਜਨਮ ਦਿਨ ਹੁੰਦਾ ਸੀ? ਨਹੀਂ, ਕੋਈ ਜਨਮ ਦਿਨ ਤਾਂ ਹੈਗਾ ਮੰਨ ਲਿਆ, ਪਰ ਕੋਈ ਜਨਮ ਦਿਨ ਨਾਲ ਇਸ ਗੱਲ ਦਾ ਕੋਈ ਮੇਰਾ ਖਿਆਲ ਕੋਈ ਤਲਬ ਨਹੀਂ ਕੋਈ, ਇਹ ਕਿਉਂਕਿ 8 ਦਸੰਬਰ ਦਾ ਤੁਸੀਂ ਮੋਗੇ ਦੇ ਵਿੱਚ ਬਹੁਤ ਵੱਡੀਆਂ ਰੈਲੀਆਂ ਕਰਦੇ ਸੀ, ਮੈਂ ਤਾਂ ਸਵਾਲ ਕੀਤਾ। ਚਲੋ, ਖੈਰ ਉਦੋਂ ਇਲੈਕਸ਼ਨ ਹੁੰਦਾ, ਇਲੈਕਸ਼ਨ ਦੇ ਦੌਰਾਨ ਜਾਂ ਕਦੇ ਵੀ ਹੈ ਜੇ ਕੋਈ ਕੀਤਾ ਗਿਆ ਤਾਂ ਕਰਦੇ ਰਹੇ ਹਾਂ। ਇਹਦੇ 'ਚ ਕੀ ਹੈ, ਮੁੱਖ ਮੰਤਰੀ ਹੁੰਦੇ ਸੀ ਮੌਕੇ 'ਤੇ, ਮੌਕੇ ਦੇ ਮੁੱਖ ਮੰਤਰੀ ਹੁੰਦੇ ਆ, ਜੇ ਕੋਈ ਉਹਨਾਂ ਦੇ ਜਨਮ ਦਿਨ 'ਤੇ ਗੱਲ ਕੋਈ ਸਕੀਮ ਲਾਂਚ ਕਰਨੀ ਹੈ ਜਾਂ ਕੋਈ ਕਿਸੇ ਕਿਸਮ ਦੇ ਐਲਾਨ ਕਰਨੇ ਆ ਤਾਂ ਅਕਸਰ ਹੁੰਦੇ ਰਹੇ ਆ। ਠੀਕ, ਇਸ ਟਾਈਮ ਅਸੀਂ ਆਪੋਜੀਸ਼ਨ 'ਚ ਹੈਗੇ ਹਾਂ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀਆਂ ਹੀ ਕਰ ਸਕਦੇ। ਠੀਕ, ਕੈਪਟਨ ਜਨਰਲ ਸਿੱਧੂ, ਇਹ ਮੋਰਚੇ ਦੇ ਨਾਲ ਕੀ ਸਹਿਮਤੀ ਬਣਦੀ ਪਈ ਹੈਗੀ ਆ? ਜਦੋਂ ਮੋਰਚਾ ਲੱਗਿਆ, ਜਿਹਨਾਂ ਡਿਮਾਂਡਾਂ ਵਾਸਤੇ ਮੋਰਚਾ ਲੱਗਿਆ, ਤੇ ਸਰਕਾਰ ਦੀ ਨੈਚੁਰਲੀ ਜਿਹੜੀ ਵੀ ਸਰਕਾਰ ਹੁੰਦੀ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਨਾਲ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਉਹਨਾਂ ਨੂੰ ਮੰਨ ਕੇ ਜਾਂ ਉਹਨਾਂ ਨਾਲ ਨੈਗੋਸ਼ੀਏਸ਼ਨ ਕਰਕੇ ਉਹਨੂੰ ਐਂਡ ਤੱਕ ਲਿਆਂਦਾ ਜਾਵੇ, ਤਾਂ ਕਿ ਜਿਹੜਾ ਪੰਜਾਬ ਦਾ ਜਿਹੜਾ ਸਟੇਟ ਦਾ ਮਾਹੌਲ ਨਾ ਖਰਾਬ ਹੋਵੇ। ਔਰ ਜਦੋਂ ਦਾ ਮੋਰਚਾ ਲੱਗਿਆ ਉਦੋਂ ਦੀਆਂ ਹੀ ਨੈਗੋਸ਼ੀਏਸ਼ਨ ਚੱਲ ਰਹੀਆਂ, ਸਰਕਾਰ ਨਾਲ ਟਾਈਮ ਟੂ ਟਾਈਮ ਮੀਟਿੰਗਾਂ ਹੁੰਦੀਆਂ ਰਹੀਆਂ, ਔਰ ਹੁਣ ਵੀ ਹੋਈਆਂ, ਪਿਛਲੇ ਹਫ਼ਤੇ ਵੀ ਹੋਈਆਂ। ਕੋਈ ਅੰਡਰਸਟੈਂਡਿੰਗ ਕੀ ਹੋਈ ਇਹ ਅਸੀਂ ਦੱਸ ਸਕਦੇ ਜਾਂ ਸਾਨੂੰ ਪਤਾ ਨਹੀਂ ਹੈਗਾ, ਇਹ ਤਾਂ ਜਦੋਂ ਹੋਏਗੀ, ਹੁਣ ਕੱਲ੍ਹ ਪਰਸੋਂ ਚੌਥੇ ਤੱਕ ਅਨਾਊਂਸਮੈਂਟ ਹੋਏਗੀ ਅਤੇ ਸਾਰੀਆਂ, ਇਹ ਪੱਕਾ ਵੀ ਮੋਰਚਾ ਖਤਮ ਹੋਣ ਜਾ ਰਿਹਾ? ਇਹਦੇ ਵਿੱਚ ਤਾਂ ਕੋਈ ਸ਼ੱਕ ਸੁਭਾ ਨਹੀਂ, ਕੋਈ ਸ਼ੱਕ ਨਹੀਂ ਕਿ ਗੌਰਮੈਂਟ ਨਾਲ ਨੈਗੋਸ਼ੀਏਸ਼ਨ ਉਹਨਾਂ ਦੀ ਕੰਪਲੀਟ ਹੋ ਚੁੱਕੀ ਹੈ, ਜੋ ਗੌਰਮੈਂਟ ਨੇ ਉਹਨਾਂ ਨੂੰ ਪ੍ਰੋਮਿਸ ਕਰਨਾ ਉਹ ਅਨਾਊਂਸ ਕਰਨ ਜਾ ਰਹੀ ਹੈ, ਔਰ ਮੋਰਚਾ ਪੱਕਾ ਹੈ ਕਿ ਮੋਰਚਾ ਜਿਹੜਾ ਉਹ 9 ਨੂੰ ਖਤਮ ਹੋਣ ਜਾ ਰਿਹਾ। ਠੀਕ ਹੈ, ਡਾਕਟਰ ਢਿੱਲੋਂ ਜੀ, ਡਾਕਟਰ ਢਿੱਲੋਂ, ਸਵਾਲ ਤੁਹਾਡੇ ਕੋਲ 3-4 ਹੈਗੇ, ਮੋਰਚਾ, ਮਾਰਚ, ਮਾਫ਼ੀ, ਤੁਸੀਂ ਸਾਰੀ ਚੀਜ਼ਾਂ ਸਮਝ ਚੁੱਕੇ ਹੋ। ਸਰਦ ਰੁੱਤ ਇਜਲਾਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਜ਼ਮੀਨ 'ਤੇ ਉਤਾਰੀਆਂ ਜਾ ਰਹੀਆਂ। ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਗਰੁੱਪ ਹੈ ਜੀ, ਨਾਲ ਡਾਕਟਰ ਗਾਂਧੀ, ਬੈਂਸ ਭਰਾ, ਹੋਰ ਸਾਰੇ ਸ਼ਾਮਲ ਹੈਗੇ, ਹੋਰ ਕਿਸਾਨ ਜਥੇਬੰਦੀਆਂ ਦਾ ਵੀ ਦਾਅਵਾ ਕਰਦੇ ਪਏ ਹੈਗੇ। ਸਰਦ ਰੁੱਤ ਇਜਲਾਸ ਤੋਂ ਪਹਿਲਾਂ ਬਰਗਾੜੀ ਮੋਰਚਾ ਖਤਮ ਕਰਨਾ, ਕੀ ਉਹਦਾ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ? ਫਿਰ ਨਾਲ ਸਵਾਲ ਮੇਰਾ ਇਹ ਵੀ ਹੈਗਾ, ਸ਼੍ਰੋਮਣੀ ਅਕਾਲੀ ਦਲ ਦਾ ਮਾਫ਼ੀ ਮੰਗਣ ਵਾਲਾ ਐਲਾਨ, ਉਹਦਾ ਕੋਈ ਆਪਸ ਕਨੈਕਸ਼ਨ ਹੈਗਾ? ਇਹ ਦੋਨੋਂ ਸਵਾਲਾਂ ਜਵਾਬ ਦੇ। ਦੇਖੋ, ਮੈਨੂੰ ਐਗਜੈਕਟਲੀ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਸਿੰਕਰੋਨਾਈਜ਼ ਕਰ ਗਏ, ਇਹ ਮੇਰੇ ਲਈ ਇੱਕ ਐਨਿਗਮਾ ਜਿਹੜਾ ਅੰਡਰਸਟੈਂਡ ਕਰਨਾ ਪਏਗਾ। ਪਰ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ 11 ਤਰੀਕ ਨੂੰ 5 ਵੱਡੀਆਂ ਅਸੈਂਬਲੀ ਦੀਆਂ ਇਲੈਕਸ਼ਨਾਂ ਦੇ ਰਿਜ਼ਲਟ ਆਉਣੇ ਸੀ। ਇਹ ਜਿਹੜੇ ਮੋਰਚੇ 'ਤੇ ਬੈਠੇ ਸੀ ਦੋਨੇ ਬਗਰਾੜੀ ਦੇ ਵਿੱਚ ਜਥੇਦਾਰ, ਇਹਨਾਂ ਨੂੰ ਘੱਟ ਤੋਂ ਘੱਟ ਉਹ ਦਿਨ ਜ਼ਰੂਰ ਉਡੀਕ ਲੈਣਾ ਚਾਹੀਦਾ ਸੀ। ਉਸ ਦਿਨ ਤੋਂ ਬਾਅਦ ਇਹ ਆਪਣੀ ਪੋਲੀਟੀਕਲ ਕਰਵਟ ਲੈਂਦੇ, ਬਟ ਇਹਨਾਂ ਨੇ ਕਿਸ ਤਰੀਕੇ ਨਾਲ, ਆਈ ਥਿੰਕ ਕਾਂਗਰਸ ਹੈਜ਼ ਪਲੇਡ ਹਿਸ ਕਾਰਡਸ ਵੈਰੀ ਵੈਲ ਐਂਡ ਦੇ ਹੈਵ ਮੈਨੂਵਰਡ ਦੈਮ ਕਿ ਉਸ ਤੋਂ ਪਹਿਲਾਂ ਉਹ ਆਪਣਾ ਮੋਰਚਾ ਵਿਦਡਰਾ ਕਰ ਲੈਣ। ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵੈਕਿਊਮ ਹੈ, ਪੋਲੀਟੀਕਲ ਵੈਕਿਊਮ ਬੜਾ ਹਿਊਜ,
उस पोलिटिकल वैक्यूम नूं कैप्चर कर किया जा सकता सी जे ये अपने कार्ड्स चंगी तरह खेलदे दोनों जथेदार ਤੁਹਾਨੂੰ ਇਹ ਲੱਗਦਾ ਤੁਹਾਨੂੰ ਇਹ ਲੱਗਦਾ ਨਹੀਂ ਨਹੀਂ ਮੈਂ ਸਵਾਲ ਜ਼ਰੂਰ ਕਰਨਾ ਚਾਹੂੰਗਾ ਡਾਕਟਰ ਸਾਹਿਬ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਵੈਕਿਊਮ ਸੀਗਾ ਜਿਹੜਾ ਖਲਾਸ ਸੀਗਾ ਪੋਲੀਟੀਕਲ ਵੈਕਿਊਮ ਜਿਹੜੀ ਤੁਸੀਂ ਗੱਲ ਕਰ ਜਿਹੜਾ ਖਲਾਸ ਸੀਗਾ ਉਹਨੂੰ ਭਰਨ ਦੀ ਕੋਸ਼ਿਸ਼ ਸੀ ਉਸ ਵੈਕਿਊਮ ਦੇ ਵਿਚਾਲੇ ਕਾਂਗਰਸ ਨੇ ਜਾਂ ਸਰਕਾਰ ਨੇ ਇਹੋ ਜਿਹਾ ਕਾਰਡ ਖੇਡਿਆ ਕਿ ਸੁਖਪਾਲ ਸਿੰਘ ਖਹਿਰਾ ਸਿਮਰਜੀਤ ਬੈਂਸ ਹਰੀ ਜਾਂ ਡਾਕਟਰ ਗਾਂਧੀ ਹਰੀ ਉਹਨਾਂ ਦਾ ਨੁਕਸਾਨ ਹੋਇਆ ਇਹ ਕਹਿਣਾ ਚਾਹ ਰਹੇ ਨਹੀਂ ਮੈਂ ਇਹ ਗੱਲ ਕਿਸੇ ਮੈਂ ਆਈ ਐਮ ਨੋਬਡੀ ਟੂ ਸੇ ਕਿਹਦਾ ਨੁਕਸਾਨ ਹੋਇਆ ਕਿਹਦਾ ਫਾਇਦਾ ਹੋਇਆ ਪਰ ਨੁਕਸਾਨ ਇਹਨਾਂ ਦਾ ਜ਼ਰੂਰ ਹੋ ਗਿਆ ਜਿਹੜੇ ਦੋ ਉੱਥੇ ਜਥੇਦਾਰ ਬੈਠੇ ਸੀ ਨਾਲ ਉਹਨਾਂ ਦਾ ਵੀ ਸਾਫ ਮਾਰਚ ਕੱਢਣਾ ਸੀ ਉਹਨਾਂ ਤੋਂ ਉਮੀਦ ਸੀ ਕਿ ਇੱਕ ਪੰਜਾਬ ਦੀ ਰੀਜਨਲ ਪੋਲੀਟੀਕਲ ਆਊਟਫਿਟ ਬਣਾ ਦਿੰਦੇ ਭਾਵੇਂ ਮੰਗਾਂ ਮੰਨੀਆਂ ਜਾਂਦੀਆਂ ਨਾ ਜਾਂਦੀਆਂ ਜੇ ਪੋਲੀਟੀਕਲ ਪਾਰਟੀ ਕੋਈ ਉਹ ਆਰਗੇਨਾਈਜ਼ ਕਰ ਦਿੰਦੇ ਐਸਟੈਬਲਿਸ਼ ਕਰ ਦਿੰਦੇ ਤਾਂ ਹਮੇਸ਼ਾ ਲਈ ਉਹਨਾਂ ਦੀ ਇੱਕ ਕੰਟਰੀਬਿਊਸ਼ਨ ਹੋਣੀ ਸੀ ਮੰਗਾਂ ਜਿਹੜੀਆਂ ਬੜਾ ਨੈਗੇਟਿਵ ਸ਼ਬਦ ਆ ਔਰ ਮੰਗਾਂ ਤਾਂ ਮੰਗਤਾਂ ਦੀਆਂ ਮੰਨੀਆਂ ਜਾਂਦੀਆਂ ਤੁਸੀਂ ਪੋਲੀਟੀਕਲ ਆਊਟਫਿਟ ਲੈ ਕੇ ਬਣਾ ਕੇ ਤੁਸੀਂ ਆਪਣੀ ਪੋਲੀਟੀਕਲ ਪਾਵਰ ਕਿਉਂ ਨਹੀਂ ਕੈਪਚਰ ਕਰਦੇ ਪੰਜਾਬ ਦੇ ਵਿੱਚ ਮੈਂ ਇਹ ਗੱਲ ਬਾਰ ਬਾਰ ਹਰ ਸਟੇਜ ਤੋਂ ਕਹੀ ਆ ਇੰਟਰਨੈਟ ਤੋਂ ਕਹੀ ਆ ਕਿੰਨੇ ਚੈਨਲਾਂ ਨੂੰ ਮੈਂ ਆਪਣੀ ਇੰਟਰਵਿਊ ਦੇ ਕੇ ਕਹੀ ਆ ਕਿ ਪੋਲੀਟੀਕਲ ਪਾਵਰ ਕੈਪਚਰ ਕਰੋ ਪੰਜਾਬ ਦੇ ਵਿੱਚ ਅੱਜ ਇੱਕ ਵੈਕਿਊਮ ਆ ਇਹ ਇੰਡੀਆ ਟੂਡੇ ਨੇ ਸਰਵੇ ਕਰਕੇ ਦੱਸਤਾ ਕਿ ਕਾਂਗਰਸ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ 42% ਤੋਂ ਇਸ ਵੇਲੇ 26% 'ਤੇ ਆ ਗਿਆ ਔਰ ਬਾਦਲ ਅਕਾਲੀ ਦਲ ਦਾ ਗ੍ਰਾਫ ਬਹੁਤ ਜ਼ਿਆਦਾ ਨੀਚੇ ਆ ਰਿਹਾ ਔਰ ਹੋਰ ਵੀ ਨੀਚੇ ਚਲਾ ਜਾਏਗਾ ਔਰ ਦੂਸਰੀ ਜਿਹੜੀ ਆਮ ਪਾਰਟੀ ਉਹ ਟੁੱਟੇ ਹੋ ਚੁੱਕੀ ਹੈ ਦੋ ਹਿੱਸਿਆਂ ਦੇ ਵਿੱਚ ਅੱਜ ਇੱਕ ਬਹੁਤ ਬੜਾ ਖਲਾਅ ਹੈ ਬੜੀ ਵੱਡੀ ਵੈਕਿਊਮ ਆ ਪੋਲੀਟੀਕਲ ਵੈਕਿਊਮ ਉਹ ਇਹਨਾਂ ਤੋਂ ਉਮੀਦ ਸੀ ਮੇਰਾ ਖਿਆਲ ਆ ਵੀ ਇਹਨਾਂ ਦਾ ਇੰਨੇ ਇਸ ਕਿਸਮ ਦਾ ਇੰਟਲੈਕਟ ਨਹੀਂ ਸੀ ਅੰਡਰਸਟੈਂਡਿੰਗ ਨਹੀਂ ਸੀ ਐਕਿਊਮੈਂਟ ਨਹੀਂ ਸੀ ਇੰਨਾ ਉਹਨਾਂ ਕੋਲ ਕੰਪਰੀਹੈਂਸ਼ਨ ਨਹੀਂ ਸੀ ਕਿ ਇਸ ਗੱਲ ਨੂੰ ਵਾਚ ਕਰਦੇ ਜੋ ਤੁਸੀਂ ਗੱਲਾਂ ਦੱਸੀਆਂ ਡਾਕਟਰ ਢਿੱਲੋਂ ਹੁਣ ਤੀਕਰ ਹਾਂਜੀ ਬੜੇ ਵਿਦਵਾਨ ਆਦਮੀ ਹੋ ਜੋ ਤੁਸੀਂ ਗੱਲਾਂ ਕਹੀਆਂ ਪੋਲੀਟੀਕਲ ਆਊਟਫਿਟ ਦੀਆਂ ਗੱਲਾਂ ਕੀਤੀਆਂ ਹਾਂਜੀ ਪੋਲੀਟੀਕਲ ਵੈਕਿਊਮ ਦੀਆਂ ਗੱਲਾਂ ਕੀਤੀਆਂ ਐਬਸੋਲੂਟ ਮੇਰਾ ਸਵਾਲ ਬੜਾ ਸਧਾਰਨ ਸੀਗਾ ਕਿ ਇਨਸਾਫ਼ ਨਾਲ ਕਿੰਨਾ ਕਨੈਕਸ਼ਨ ਹੈ ਇਹਦਾ ਮਤਲਬ ਇਨਸਾਫ਼ ਨਾਲ ਕੋਈ ਕਰੈਕਸ਼ਨ ਨਹੀਂ ਸਿਰਫ ਪੋਲੀਟੀਕਲ ਆਊਟਫਿਟ ਦੀ ਤਿਆਰੀ ਕੀਤੀ ਜਾ ਰਹੀ ਸੀ ਚਾਹੇ ਕਿਹੜੀ ਵੀ ਤੇਰਾ ਕੇਪੀਜੀ ਇਨਸਾਫ਼ ਕੋਈ ਕਿਸੇ ਨੂੰ ਨਹੀਂ ਦਿੰਦਾ ਇਹ ਗੁਰੂਆਂ ਨੇ ਸੰਤਾਂ ਮਹਾਤਮਾ ਨੇ ਬੜੇ ਬੜੇ ਫਿਲਾਸਫਰਸ ਥਿੰਕਰਸ ਨੇ ਇਹ ਗੱਲ ਕਹੀ ਹੈ ਇਨਸਾਫ਼ ਤੋਂ ਤੁਸੀਂ ਲੈ ਸਕਦੇ ਹੋ ਲਿਆ ਜਾਂਦਾ ਇਨਸਾਫ਼ ਕੋਈ ਕਿਸੇ ਨੂੰ ਕਿਉਂ ਦੇਗਾ ਇਨਸਾਫ਼ ਜਿਹੜਾ ਬੇਇਨਸਾਫ਼ੀ ਕਰ ਰਿਹਾ ਉਹ ਤੁਹਾਨੂੰ ਇਨਸਾਫ਼ ਕਿਉਂ ਦੇਗਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਤੁਹਾਨੂੰ ਕਿਉਂ ਇਨਸਾਫ਼ ਦੇਣਗੇ ਆਈ ਮੀਨ ਦੇ ਵੁੱਡ ਬੀ ਦੀ ਬਿਗੇਸਟ ਫੁਲਿਸ਼ ਫਿਰ ਇਨਸਾਫ਼ ਮਾਰਚ ਵੀ ਐਵੇਂ ਹੀ ਹੈ ਪੋਲੀਟੀਕਲ ਆਊਟਫਿਟ ਦੀ ਤਿਆਰੀ ਹੈ ਉਹ ਪੋਲੀਟੀਕਲ ਆਊਟਫਿਟ ਦੀ ਜੇ ਤਿਆਰੀ ਕਰ ਰਹੇ ਆ ਮੈਂ ਉਹਨਾਂ ਨੂੰ ਕੰਪਲੀਮੈਂਟ ਕਰੂੰਗਾ ਲੇਕਿਨ ਜੇ ਤੁਸੀਂ ਉਮੀਦ ਰੱਖੋ ਜਿਹੜੇ ਗੋਲੀ ਚਲਾਉਣ ਵਾਲੇ ਬੰਦੇ ਆ ਉਹਨਾਂ ਤੋਂ ਤੁਸੀਂ ਇਨਸਾਫ਼ ਮੰਗ ਰਹੇ ਹੋ ਆਈ ਥਿੰਕ ਯੂ ਆਰ ਲਿਵਿੰਗ ਇਨ ਅ ਫੂਲਸ ਪੈਰਾਡਾਈਜ਼ ਕੈਪਟਨ ਜਨਰਲ ਸਿੱਧੂ ਕੈਪਟਨ ਜਨਰਲ ਸਿੱਧੂ ਮੈਨੂੰ ਦੱਸੋ ਫਿਰ ਇਨਸਾਫ਼ ਦਾ ਕਨੈਕਸ਼ਨ ਹੈ ਕੀ ਹੈ ਕਿਸ ਦਾ ਹੈ ਇਨਸਾਫ਼ ਇਨਸਾਫ਼ ਦੇ ਓਨਲੀ ਸਾਰੇ ਲੜ ਰਹੇ ਆ ਕੀ ਲੜ ਰਹੇ ਆ ਤੁਸੀਂ ਬੈਠੇ ਮੋਰਚਾ ਲਾ ਕੇ ਕੁਝ ਡਿਮਾਂਡਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਬੈਠੇ ਜੇ ਉਹ ਵਿੱਚ ਤੁਸੀਂ ਪੋਲੀਟੀਕਲ ਆਊਟਫਿਟਾਂ ਅਨਾਉਂਸਮੈਂਟ ਕਰਨੀਆਂ ਸ਼ੁਰੂ ਕਰਦੇ ਹੋ ਉਹ ਤਾਂ ਫਿਰ ਲੋਕੀ ਕਹਿਣਗੇ ਤਾਂ ਬੈਠੇ ਇਸ ਕੰਮ ਵਾਸਤੇ ਸੀ ਤੁਸੀਂ ਕਿਸੇ ਪਾਸੇ ਕਿਸੇ ਨੂੰ ਛੱਡੋ ਨਾ ਉਹਨਾਂ ਨੇ ਐਵਰੀਥਿੰਗ ਡਾਕਟਰ ਸਾਹਿਬ ਐਵਰੀਥਿੰਗ ਇਜ਼ ਔਨ ਦਾ ਕਾਰਡ ਈਵਨ ਪਾਰਟੀ ਇਜ਼ ਔਨ ਦਾ ਕਾਰਡ ਯੂ ਵਿਲ ਵੇਟ ਐਂਡ ਵਾਚ ਉਹਨਾਂ ਨੂੰ ਪਹਿਲਾਂ ਉਹਨਾਂ ਦਾ ਕੰਮ ਤਾਂ ਪੂਰਾ ਹੋ ਜਾਂਦੇ ਹੋ ਜਿਸ ਕੰਮ ਵਾਸਤੇ ਉਹ ਬੈਠੇ ਸੀ ਉਹ ਕੰਮ ਜਦੋਂ ਉਹਨਾਂ ਦਾ ਪੂਰਾ ਹੋ ਜਾਊਗਾ ਉਹਨਾਂ ਦੀਆਂ ਡਿਮਾਂਡ ਮੰਨਦੀਆਂ ਜਾਣਗੀਆਂ ਮੁੜ ਕੇ ਪੋਲੀਟੀਕਲ ਆਊਟਫਿਟ ਵੀ ਬਣੇਗੀ ਸਭ ਕੁਝ ਹੋਊਗਾ ਉਹਨਾਂ ਨੂੰ ਪੰਕਚਰ ਕਰ ਦਿੱਤਾ ਕਾਂਗਰਸ ਨੇ ਕੀ ਉਹਨਾਂ ਦੀ ਹਵਾ ਨਿਕਲ ਚੁੱਕੀ ਹੈ ਕਿਸ ਚੀਜ਼ ਦੀ ਹਵਾ ਨਿਕਲ ਚੁੱਕੀ ਹੈ ਉਹ ਦੇਖੋ ਜਦੋਂ ਤੁਸੀਂ ਕੀ ਪੰਕਚਰ ਹੋ ਗਿਆ ਦੱਸੋ ਮੇਰੀ ਗੱਲ ਤਾਂ ਸੁਣੋ ਤੁਸੀਂ ਵੈਕਿਊਮ ਚ ਤਾਂ ਨੀ ਕਰ ਰਹੇ ਤੁਸੀਂ ਦੁਨੀਆ ਚ ਐਗਜ਼ਿਸਟ ਤਾਂ ਇਕੱਲੇ ਨੀ ਕਰ ਰਹੇ ਦੁਨੀਆ ਐਗਜ਼ਿਸਟ ਕਰ ਰਹੀ ਹੈ ਪੋਲੀਟੀਕਲ ਮੂਵਮੈਂਟ ਤਾਂ ਅਸੀਂ ਸ਼ੁਰੂ ਹੀ ਨਹੀਂ ਕੀਤੀ ਹੋਣੀ ਆ ਸ਼ੁਰੂ ਜਿਹਨਾਂ ਨੇ ਗੋਲੀਆਂ ਚਲਾਈਆਂ ਉਹਨਾਂ ਤੋਂ ਇਨਸਾਫ਼ ਕੀ ਮੰਗਦੇ ਪਏ ਹੈਗੇ ਆ ਇਨਸਾਫ਼ ਮਾਰਚ ਜੇ ਚੱਲ ਰਿਹਾ ਹੈਗਾ ਉਹਦਾ ਨਾਮ ਇਨਸਾਫ਼ ਮਾਰਚ ਹੈਗਾ ਉਹ ਅਸਲ ਵਿੱਚ ਕੀ ਸਿਆਸੀ ਮਾਰਚ ਹੈਗਾ ਫਿਰ ਬਹੁਤ ਸਾਰੇ ਸਵਾਲ ਹੈਗੇ ਆ ਤੇ ਸਵਾਲ ਇਹ ਹੈਗੇ ਆ ਕਿ ਪੰਜ ਸੂਬਿਆਂ ਦੀ ਇਹਨਾਂ ਦੇ ਜ਼ਿਕਰ ਕੀਤਾ ਹੈਗਾ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦਾ ਇਹਨਾਂ ਨਾਲ ਕੋਈ ਤਾਲੁਕ ਹੈ ਜਾਂ ਨਹੀਂ ਹੈ ਸਰਦਰੁੱਤ ਇਜਲਾਸ ਪੰਜਾਬ ਦੇ ਵਿੱਚ ਆਉਣਾ ਹੈਗਾ ਉਹਦਾ ਇਹਦੇ ਨਾਲ ਕੋਈ ਤਾਲੁਕ ਹੈ ਜਾਂ ਨਹੀਂ ਹੈ ਪਰ ਸਾਡਾ ਸਵਾਲ ਇੱਕੋ ਹੀ ਹੈਗਾ ਇਨਸਾਫ਼ ਨਾਲ ਕੋਈ ਤਾਲੁਕ ਹੈ ਜਾਂ ਨਹੀਂ ਹੈ ਬ੍ਰੇਕ ਤੋਂ ਵਾਪਸ ਆ ਰਹੇ ਕਿ ਪੰਜਾਬ ਵਿੱਚ ਮੋਰਚਾ ਮੁਕਾਉਣ ਮਾਰਚ ਸ਼ੁਰੂ ਕਰਨ ਅਤੇ ਮਾਫ਼ੀ ਮੰਗਣ ਦੇ ਐਲਾਨ ਦਾ ਇਨਸਾਫ਼ ਨਾਲ ਕਿੰਨਾ ਕਨੈਕਸ਼ਨ ਹੈਗਾ ਰਿਮਨ ਬੇਟਾ ਇਸ ਸਵਾਲ ਦਾ ਜਵਾਬ ਦਿਓ ਡਾਕਟਰ ਢਿੱਲੋਂ ਹੋਰਾਂ ਨੇ ਕਿਹਾ ਕਿ ਜਿਹੜੇ ਗੋਲੀਆਂ ਚਲਵਾਉਂਦੇ ਉਹਨਾਂ ਤੋਂ ਇਨਸਾਫ਼ ਕੀ ਮੰਗਦੇ ਨਹੀਂ ਦੇਖੋ ਡਾਕਟਰ ਸਾਹਿਬ ਬਹੁਤ ਸੂਝਵਾਨ ਨੇ ਔਰ ਬੜੇ ਚਿੰਤਕ ਨੇ ਔਰ ਉਸਦੇ ਬਾਵਜੂਦ ਵੀ ਇਹਨਾਂ ਨੇ ਜਿਸ ਤਰੀਕੇ ਦਾ ਦੇ ਸ਼ਬਦ ਜਿਹੜੇ ਇਸਤੇਮਾਲ ਕੀਤੇ ਨੇ ਉਹ
बरगाड़ी मोर्चा दे विच बैठे और उन्हां दी जिहड़ी है जिहड़ी उन्हां दी आपां डिमांड जिहड़ी मंग जिहड़ी एक गुरु ग्रंथ साहिब नूं अथा विश्वास रखण वाले सारे लोग उन्हां नूं ये शब्द गंदला करदे ने और देखो दो पार्ट सन एक पार्ट मुकम्मल कर लिया होया जिहड़ा दूसरा पार्ट है उसके उत्ते भी लगातार इन्वेस्टिगेशन जारी है और तुसीं देख लो कि ये जिहड़ा है ये जिहड़ी गल चल रही है एतवार दा जिहड़ा वो ऐलान होएगा और उसके उत्ते सारियां चीजां सामने आ जाणगियां और इस नूं कौन-कौन जा रहा इंप्लीमेंट नहीं मैं इस ना ये दस दे पे कौन-कौन जा रहा ना तुसीं दस दे पे कौन-कौन जा रहा जदों भी कोई गल जिहड़ी है जदों दो तिरां दे विच होंदी है और वो एक सीक्रेट तरीके नाल कोई डिसीजन ते पहुंची है तो उस नूं ऐलान होने तो पहला मैं कोई पुष्टि कर देवां ये मेरे लिए ठीक नहीं है पर जिहड़ी मैं गल जा रही है सरकार उत्थे जा रही है वैसे नहीं एक मिनट मेरी गल सरकार वैसे जा रही है मेरी गल पर मैडम चलो ये तो दस दो ना ना पुष्टि करो तुसीं देखो सरकार दा कोई जमाना उत्थे जा रहा है ना तुसीं ओ मोर्चे ते बैठां दी स्टेटमेंट सुन ली है ना हां मोर्चे ते बैठां दी तुसीं सरकार आपदे आप नूं क्यों सुन ली है ना क्यों कवर अप करी बैठी है सरकार क्यों नहीं दसदी पे देखो मेरी गल सुनो जिहड़ा कोई उत्थे इन्नी देर तो मोर्चा ला के बैठा है जदों ओ मोर्चा चुकण दा ऐलान कर रहा है और उस दे विच ओह कह रहा है कि जिहड़ा साडी जिहड़ी है गलबात जिहड़ी है सिरे लगी है और इस दे विच असीं जिहड़ियां उहनां दी जिहड़ियां मंगां है उहनां दा सत्कार कीता है चंजी ब्राड श्रोमणी अकाली दल लई इह कोई राहत दी खबर हैगी कि बरगाड़ी इंसाफ मोर्चा खत्म होण जा रहा नहीं मैं एक दो बेनती है मैं थोड़ा जिहा पॉजिटिव गल करनी चाहूंगा मेरी एक बेनती है सब तो पहलां तां सानूं बेअदबियां हो रही हैं पहलां भी होईआं हुण भी हो रही हैं इहदे ते सानूं फिक्रमंदी चाहीदी है सारियां पार्टियां नूं सारियां सरकारां नूं इहदे ते सियासत दी लोड़ नहीं है मैं ये बेनती करा क्योंकि साडे लई बड़ी फिक्रमंदी वाली गल है दूजी मैं जिहड़ी बेनती करदे आ कि जिहड़ी राहत दी जां ना राहत दी ਇਹ ਸਾਰਾ ਕੁਝ ਹੁਣ ਪਬਲਿਕ ਡੋਮੇਨ ਚ ਹੈਗਾ ਕਿਹਨੇ ਬਿਠਾਏ ਕਿਉਂ ਉੱਠ ਰਹੇ ਆ ਕੀ ਹੈ ਉਹਦੇ ਤੋਂ ਵੀ ਮੈਂ ਕੋਈ ਉੱਠ ਕੇ ਰਹੇ ਚਾਹੇ ਦੱਸੋ ਨਹੀਂ ਕਰੇ ਕਿ ਠੀਕ ਬੈਠੇ ਤਾਂ ਤੁਸੀਂ ਦੱਸਦਾ ਸੀ ਉੱਠ ਕੇ ਰਹੇ ਦੱਸੋ ਮੈਂ ਇੱਕ ਗੱਲ ਸਮਝਦਾ ਕਿ ਸਰਕਾਰ ਇੱਕ ਗੱਲ ਪੱਖ ਪੇਸ਼ ਕਰਨ ਚ ਕਮਜ਼ੋਰ ਹੈਗੀ ਹੈ ਜੇ ਬੰਦੇ ਫੜੇ ਆ ਤਾਂ ਬਕਾਇਦਾ ਕੋਈ ਚੰਗਾ ਪੰਜਾਬ ਲੈਵਲ ਦਾ ਅਧਿਕਾਰੀ ਬੈਠ ਕੇ ਡਿਟੇਲਡ ਪ੍ਰੈਸ ਕਾਨਫਰੰਸ ਕਰਕੇ ਦੱਸੇ ਕਿ ਕਿਹੜੇ ਕਿਹੜੇ ਘਟਨਾ ਦੇ ਵਿੱਚ ਕਿਹੜੇ ਕਿਹੜੇ ਬੰਦੇ ਫੜੇ ਗਏ ਆ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗ ਜਾਏ ਅਤੇ ਪੰਜਾਬ ਦੀ ਜਨਤਾ ਨੂੰ ਵੀ ਪਤਾ ਲੱਗ ਜਾਏ ਇੱਕ ਤਾਂ ਇਸ ਪਾਰਟ 'ਤੇ ਸਰਕਾਰ ਵਾਲੇ ਫੇਲ ਹੈਗੀ ਆ ਭਾਵੇਂ ਜੇ ਕੀਤਾ ਤਾਂ ਉਹ ਲੋਕਾਂ ਦੇ ਸਾਹਮਣੇ ਆਵੇ ਛੋਟੀਆਂ ਛੋਟੀਆਂ ਥੱਲਿਓਂ ਖਬਰਾਂ ਲੱਗ ਰਹੀਆਂ ਕਿ ਫਲਾਨਾ ਫਲਾਨੇ ਕੰਮ 'ਚ ਫੜਿਆ ਗਿਆ ਫਲਾਨਾ ਫਲਾਨੇ ਸਰਕਾਰ ਕੋਈ ਪੁਸ਼ਟੀ ਕਰ ਨਹੀਂ ਰਹੀ ਦੂਜੀ ਮੈਂ ਬੇਨਤੀ ਕਰਦੇ ਹਾਂ ਕਿ ਇਨਸਾਫ਼ ਮੋਰਚਾ ਉੱਥੇ ਲੱਗਿਆ ਸੀ ਉਹਨਾਂ ਨੂੰ ਕੀ ਹਾਸਲ ਹੋਇਆ ਕੀ ਨਹੀਂ ਹੋਇਆ ਸਰਕਾਰ ਦੱਸੇ ਜਾਂ ਇਹ ਲੈਣ ਵਾਲੇ ਦੱਸਣ ਇਨਸਾਫ਼ ਮਾਰਚ ਜਿਹੜਾ ਸ਼ੁਰੂ ਹੋ ਰਿਹਾ ਮੈਂ ਉਹ ਬੇਨਤੀ ਕਰਾਂ ਇਹਨਾਂ ਨੇ ਇੱਕ ਗੱਲ ਆਹ ਐਸੇ ਗੱਲਾਂ ਦਾ ਹੀ ਨਾਂ ਲੈ ਕੇ ਇਨਸਾਫ਼ ਸ਼ੁਰੂ ਕਰਨ ਦੀ ਗੱਲ ਕੀਤੀ ਹੈ 21 ਸਾਲ ਕਾਂਗਰਸ ਦੇ ਵਿੱਚ ਖਹਿਰਾ ਸਾਹਿਬ ਬੈਠੇ ਰਹੇ ਹਜ਼ਾਰਾਂ ਕਤਲੇਆਮ ਕਾਂਗਰਸ ਪਾਰਟੀ ਦੇ ਉਸ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਕਿ ਉੱਥੋਂ ਇਨਸਾਫ਼ ਦਵਾ ਕੇ ਨਿਕਲੇ ਟੋਟਲ ਤੇ ਟੋਟਲ ਰਾਜਨੀਤੀ ਹੋ ਰਹੀ ਹੈ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜੇ ਕਿਤੇ ਕੋਈ ਬੇਅਦਬੀ ਹੁੰਦੀ ਹੈ ਤਾਂ ਸਾਨੂੰ ਫਿਕਰਮੰਦੀ ਹੋਣੀ ਚਾਹੀਦੀ ਹੈ ਇਹਨੂੰ ਰੋਕਣ ਲਈ ਸਾਡੇ ਕੀ ਉਪਰਾਲੇ ਹੋਣੇ ਚਾਹੀਦੇ ਆ ਉਸ ਪਾਸੇ ਅਸੀਂ ਤੁਰ ਨਹੀਂ ਰਹੇ ਮੈਂ ਦੂਜੀ ਇੱਕ ਹੋਰ ਉਦਾਹਰਨ ਦੇ ਦਿਆਂ ਕੁਲਤਾਰ ਸਿੰਘ ਸੰਧਵਾ ਸਾਹਿਬ ਆਮ ਆਦਮੀ ਪਾਰਟੀ ਦੇ ਬੋਲ ਰਹੇ ਸੀ ਕਾਲੇ ਕਾਰਨਾਮੇ ਵਾਲੀ ਸਰਕਾਰ ਕਾਂਗਰਸ ਨੂੰ ਵੀ ਨਿੰਦਗੇ ਅਤੇ ਉਹ ਵੀ ਨਿੰਦਗੇ ਭਾਈ ਨੂੰ ਪੁੱਛੇ ਵੀ ਭਾਈ ਤੇਰਾ ਚਾਚਾ ਸੀ ਜਿਹਨੇ ਦਸਖਤ ਕਰਕੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹ ਢੇਰੀ ਕਵਾਇਆ ਅਤੇ ਤੁਸੀਂ ਬਿਨਾਂ ਕਿਸੇ ਗੱਲ ਤੋਂ ਕਾਲੇ ਕਾਰਨਾਮੇ ਵਾਲੀ ਠੀਕ ਹੈ ਸਾਨੂੰ ਸ਼ਰਮਿੰਦਗੀ ਹੈ ਸਾਡੀ ਸਰਕਾਰ ਦੇ ਵਿੱਚ ਉਹ ਵਾਪਰਿਆ ਅਤੇ ਉਹਦੇ ਦੋਸ਼ੀ ਸਾਥੋਂ ਫੜੇ ਨਹੀਂ ਗਏ ਇਸ ਗੱਲ ਦੀ ਸਾਨੂੰ ਸ਼ਰਮਿੰਦਗੀ ਹੈ ਪਰ ਜੇ ਸਾਡੀ ਸਰਕਾਰ ਵੇਲੇ ਵਾਪਰਿਆ ਅਤੇ ਤੁਹਾਡੇ ਤਾਂ ਦਸਖਤਾਂ ਨਾਲ ਢਾਹ ਢੇਰੀ ਹੋਇਆ ਬੰਦੇ ਐਡੀ ਬੇਸ਼ਰਮੀ ਨਾਲ ਪੋਲਿਟਿਕਸ ਕਰ ਰਹੇ ਹੈ ਜਿਹੜੀ ਕਿ ਅੱਤ ਲਗਾ ਆੜੀ ਦਾ ਕੋਈ ਨੁਮਾਇੰਦਾ ਹੈ ਨਹੀਂ ਆਮ ਆਦਮੀ ਪਾਰਟੀ ਕੋਈ ਨੁਮਾਇੰਦਾ ਇੱਥੇ ਹੈ ਨਹੀਂਗਾ ਤੁਸੀਂ ਇਲਜ਼ਾਮ ਲਾਉਂਦੇ ਹੋ ਬੁੱਢਾ ਸਿੰਘ ਬਰਾਗੀ ਮੈਨੂੰ ਵੀ ਬੁੱਢਾ ਸਿੰਘ ਬਰਾਗੀ ਜੇ ਉਹਦੀ ਗੱਲ ਜਾਂਦੀ ਹੈ ਤਾਂ ਸਾਡੀ ਵੀ ਜਾਣ ਬੁੱਢਾ ਸਿੰਘ ਬਰਾਗੀ ਤੁਸੀਂ ਇਸ ਤੇ ਰਿਐਕਟ ਕਰਨਾ ਚਾਹੁੰਦੇ ਹੋ ਕਿਸ ਤੇ ਜੀ ਕੁਲਤਾਰ ਸਿੰਘ ਸੰਧਵਾਂ ਵਾਲੇ ਸਵਾਲ ਤੇ ਜਿਹੜਾ ਚੰਨੀ ਬਰਾੜ ਹਰਾਂ ਨੇ ਚੁੱਕਿਆ ਨਹੀਂ ਕਰਨਾ ਚਾਹੁੰਦਾ ਜੀ ਇਹ ਤੇ ਮੈਂ ਤਾਂ ਹੈਰਾਨ ਆ ਚਰਨਜੀਤ ਬਰਾੜ ਜੀ ਬੜੇ ਇੰਡੀਵਿਜੂਅਲ ਹੋ ਗਏ ਆ ਡਿਬੇਟ ਦੇ ਵਿੱਚ ਪਤਾ ਨਹੀਂ ਭਾਵੁਕ ਇੰਨੇ ਹੋ ਗਏ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਵੀ ਮਹਿਸੂਸ ਕਰਦੇ ਆ ਵੀ ਅੱਜ ਇਨਸਾਫ਼ ਨਹੀਂ ਮਿਲਿਆ ਤੇ ਇਨਸਾਫ਼ ਦੇ ਨਾਂ 'ਤੇ ਜਿਹੜਾ ਮੋਰਚਾ ਲੱਗਿਆ ਸੀ ਉਹ ਉੱਠ ਖੜਿਆ ਮੈਂ ਉਹਦਾ ਤਾਂ ਕਰਕੇ ਪਰਸਨਲ ਵਿਅਕਤੀਗਤ ਤੌਰ 'ਤੇ ਥੋੜ੍ਹੇ ਜਿਹੇ ਹੋ ਚੱਲੇ ਆ ਬਾਕੀ ਕੇਪੀ ਸਿੰਘ ਜੀ ਇਨਸਾਫ਼ ਹੋਣਾ ਹੀ ਕਾਫੀ ਨਹੀਂ ਇਨਸਾਫ਼ ਹੁੰਦਾ ਦਿਸਣਾ ਚਾਹੀਦਾ ਇਹ ਮੋਰਚਾ ਜਿਹੜਾ ਉੱਠ ਰਿਹਾ ਵਾ ਇਹ ਇਨਸਾਫ਼ ਹੁੰਦਾ ਦਿਸ ਨਹੀਂ ਰਿਹਾ ਤੇ ਮਨ ਸਾਹਿਬ ਕਹਿ ਰਿਹਾ ਵੀ ਇਨਸਾਫ਼ ਕਿਵੇਂ ਆ ਕਿਵੇਂ ਨਹੀਂ ਆਉਣ ਵਾਲੇ ਟਾਈਮ 'ਚ ਪਤਾ ਲੱਗੂ ਕੀ ਆ ਕੀ ਨਹੀਂ ਪਰ ਪੰਜਾਬ ਦੇ ਬਰਾਗੀ ਸਵਾਲ ਤੁਹਾਡੇ ਤੇ ਵੀ ਹੈਗੇ ਆ ਤੁਸੀਂ ਉਸ ਮੋਰਚੇ ਜ਼ਰੀਏ ਤੁਸੀਂ ਉਸ ਮੋਰਚੇ ਜ਼ਰੀਏ ਤੁਸੀਂ ਆਪਦੀ ਸਿਆਸਤ ਵੀ ਚਮਕਾਈ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਸਵਾਲ ਸੁਣ ਲਓ ਉਹ ਮੋਰਚਾ ਹੁਣ ਉੱਠ ਰਿਹਾ ਹੈਗਾ ਤੁਸੀਂ ਕੋਸ਼ਿਸ਼ ਕੀਤੀ ਕਿ ਮੋਰਚਾ ਨਾ ਉੱਠੇ
ਤੁਸੀਂ ਗਏ ਉੱਥੇ? ਕੇਪੀ ਸਿੰਘ ਜੀ, ਪੰਜਾਬ ਦੇ ਜਿੰਨੇ ਬਰਨਿੰਗ ਇਸ਼ੂ ਆ ਇਨਸਾਫ ਮਾਰਚ ਉਹਨਾਂ ਇਸ਼ੂਆਂ ਲਈ ਆ, ਐਜ਼ ਏ ਗਵਰਨਮੈਂਟ ਤੇ ਪ੍ਰੈਸ਼ਰ ਬਿਲਡ ਅਪ ਕਰਨ ਲਈ ਆ। ਤੁਹਾਡਾ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਿਖਿਆ ਸਰ, ਉਦੋਂ ਬਾਅਦ ਕਿਸਾਨੀ ਤੇ ਜਵਾਨੀ ਸ਼ਬਦ ਲਿਖਿਆ ਤੁਸੀਂ? ਤੁਹਾਨੂੰ ਕੋਈ ਇਤਰਾਜ਼ ਆ? ਤੁਸੀਂ ਇਤਰਾਜ਼ ਨਹੀਂ, ਮੈਂ ਤਾਂ ਸਵਾਲ ਬੜਾ ਸਿੰਪਲ ਕੀਤਾ, ਮੈਨੂੰ ਜਵਾਬ ਨਹੀਂ ਦੇਣ ਦਿੰਦੇ ਤੁਸੀਂ। ਮੈਂ ਫਿਰ ਸਵਾਲ, ਤੁਸੀਂ ਸਰ ਜਵਾਬ ਨਹੀਂ ਦੇ ਰਹੇ, ਤੁਹਾਡਾ ਜਵਾਬ ਨਹੀਂ ਦੇ ਰਹੇ। ਮੈਂ ਉੱਥੇ ਹੀ ਆ ਰਿਹਾ, ਸਵਾਲ ਕੀਤਾ, ਮੈਂ ਉੱਥੇ ਹੀ ਆ ਰਿਹਾ, ਮੈਂ ਤੁਹਾਡਾ ਸਵਾਲ ਸਮਝ ਗਿਆ, ਤੁਹਾਡੀਆਂ ਭਾਵਨਾਵਾਂ ਨੂੰ ਸਮਝ ਗਿਆ। ਜਵਾਬ ਸੁਣ ਲਓ, ਦੋ ਜਵਾਬ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਛੋਟੀ ਚੀਜ਼ ਨਹੀਂ ਗੀ, ਸਭ ਤੋਂ ਪ੍ਰਾਈਮ ਆ, ਸਭ ਤੋਂ ਉੱਤੇ ਆ। ਅਸੀਂ ਅੱਜ ਵੀ ਉਹਦੇ ਲਈ ਦ੍ਰਿੜ ਆ, ਅਸੀਂ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਸਜਾਵਾਂ ਦਿਵਾਉਣ ਲਈ ਦ੍ਰਿੜ ਆ, ਕਿਉਂਕਿ ਸਾਨੂੰ ਇਨਸਾਫ਼ ਹੁੰਦਾ ਨਜ਼ਰ ਨਹੀਂ ਆ ਰਿਹਾ। ਕਹਿੰਦੇ ਆ ਹੋ ਰਿਹਾ ਵਾ, ਜਦੋਂ ਨਜ਼ਰ ਆਊਗਾ ਅਸੀਂ ਇਸ ਪੁਆਇੰਟ ਤੇ ਬੇਖਫੁੱਟ ਹੋ ਜਾਵਾਂਗੇ। ਜਿੰਨੇ ਪੰਜਾਬ ਦੇ ਮਸਲੇ ਹੈਗੇ ਆ, ਇਨਕਲੂਡਿੰਗ ਸਭ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਉਹਨੂੰ ਲੈ ਕੇ ਅਸੀਂ ਇਨਸਾਫ਼ ਮਾਰਚ ਕੱਢ ਰਹੇ ਹਾਂ, ਅਤੇ ਉਦੋਂ ਤੱਕ ਇਨਸਾਫ਼ ਲਈ ਯਤਨ ਜਾਰੀ ਰਹੂਗਾ ਜਦੋਂ ਤੱਕ ਇਨਸਾਫ਼ ਮਿਲੂਗਾ ਨਹੀਂ। ਬੂਟਾ ਸਿਫਰ ਆ ਗਈ, ਹੁਣ ਤੁਸੀਂ ਸਵਾਲ ਦਾ ਜਵਾਬ ਦਿੱਤਾ, ਮੈਂ ਸਵਾਲ ਇੱਕ ਤੁਹਾਨੂੰ ਕਰ ਰਿਹਾ, ਉਹਦਾ ਜੇ ਜਵਾਬ ਦੇ ਸਕਦੇ ਹੋ ਨਹੀਂ ਤਾਂ ਪਾਸ ਹੁਣ ਕਰਦੇ ਹਾਂ। ਬੜਾ ਸੰਭਰਾਗੀ, ਜਦੋਂ ਇਨਸਾਫ਼ ਮੋਰਚਾ ਉੱਠਣ ਦੇ ਉੱਥੋਂ ਸੰਕੇਤ ਮਿਲਦੇ ਪਏ ਸੀਗੇ, ਤੁਸੀਂ ਕੋਸ਼ਿਸ਼ ਕੀਤੀ ਕਿ ਇਨਸਾਫ਼ ਮੋਰਚਾ ਨਾ ਉਠਾਇਆ ਜਾਵੇ? ਕਿਉਂਕਿ ਤੁਸੀਂ ਉਸ ਇਨਸਾਫ਼ ਮੋਰਚੇ ਦੇ ਵਿੱਚ ਜਾ ਕੇ ਸ਼ਾਮਿਲ ਹੋਏ ਸੀਗੇ, 7 ਤਰੀਕ ਮੈਨੂੰ ਅਜੇ ਵੀ ਯਾਦ ਹੈ। ਅਸੀਂ ਜਿਹੜਾ ਸਾਡਾ ਸ਼ਡਿਊਲਡ ਪ੍ਰੋਗਰਾਮ ਆ 8 ਤੋਂ 16, ਨਾ ਤਾਂ ਉਹਨੂੰ ਡੈਫਰ ਕੀਤਾ, ਨਾ ਸਸਪੈਂਡ ਕੀਤਾ, ਨਾ ਪੋਸਟਪੋਨ ਕੀਤਾ, ਨਾ ਅਸੀਂ ਇਨਸਾਫ਼ ਦੀ ਆਪਦੀ ਮੰਗ ਛੱਡੀ ਆ, ਉਹ ਸਟਿਲ ਰਾਜੀ ਆ। ਬੜਾ ਡਿਪਲੋਮੈਟਿਕ ਜਵਾਬ ਹੈ, ਨਹੀਂ ਬਹੁਤ ਡਿਪਲੋਮੈਟਿਕ ਜਿਹਾ ਜਵਾਬ ਤੁਸੀਂ ਸਮਝੋ ਸੀ ਤੁਸੀਂ ਪਰ ਪਰ ਤੁਸੀਂ ਇਹ ਨਹੀਂ ਦੇਖਣਾ ਸਿੰਘ ਜੀ, ਇਹਦਾ ਮਤਲਬ ਤੁਹਾਡੇ 'ਚ ਆਪਸ ਵਿੱਚ ਉਦੋਂ ਬਾਅਦ ਕੋਈ ਗੱਲਬਾਤ ਅੱਗੇ ਨਹੀਂ ਤੁਰੀ? ਕੇਪੀ ਸਿੰਘ ਜੀ ਦੇਖੋ, ਤੁਸੀਂ ਸਾਨੂੰ ਉਹਨਾਂ ਨਾਲ ਇਸ ਕਦਰ ਨਾ ਜੋੜੋ ਵੀ ਅਸੀਂ ਹੀ ਬਿਠਾਏ ਸੀ ਜਾਂ ਅਸੀਂ ਹੀ ਬਿਠਾ ਰਹੇ ਹਾਂ। ਮੈਂ ਤਾਂ ਪਹਿਲਾਂ ਕਿਹਾ ਜੇ ਸਰਦਾਰ ਕੇਪੀ ਸਿੰਘ ਜੀ ਵੀ ਜਾ ਕੇ ਬਿਠਾਇਆ ਕਿ ਇਨਸਾਫ਼ ਲਈ ਬਿਠਾਇਆ ਕਿੰਨੇ ਸੀ? ਚਲੋ ਉਹ ਤਾਂ ਆਪੇ ਹੀ ਐਡੇ ਐਡੇ ਵੱਡੇ ਵਿਦਵਾਨ ਬੈਠੇ ਆ, ਉਹ ਚੀਜ਼ ਤਾਂ ਸਾਰੇ ਮੇਰੇ ਸਾਹਮਣੇ ਜਵਾਬ ਨਹੀਂ, ਮੇਰਾ ਵੀ ਦੇਣੇ ਇਨਸਾਫ਼ ਲਈ, ਚਾਹੇ ਸ਼੍ਰੋਮਣੀ ਅਕਾਲੀ ਦਲ ਵੀ ਧਰਨੇ ਤੇ ਬਹਿੰਦਾ ਤਾਂ ਅਸੀਂ ਪੰਜਾਬੀ ਜਿਹੜੇ ਇਨਸਾਫ਼ ਪਸੰਦ ਲੋਕ ਹਾਂ ਅਸੀਂ ਉਹਨਾਂ ਦੀ ਵੀ ਸਪੋਰਟ ਕਰਾਂਗੇ। ਕਾਂਗਰਸ ਇਨਸਾਫ਼ ਲਈ ਬਹਿੰਦੀ, ਉਹਨਾਂ ਦੇ ਵੀ ਕਰਾਂਗੇ, ਕਿਉਂਕਿ ਸਾਨੂੰ ਇਨਸਾਫ਼ ਚਾਹੀਦਾ ਵਾ। ਬਹੁਤ ਡਿਪਲੋਮੈਟਿਕ ਜਵਾਬ ਹੈਗਾ ਤੁਹਾਡਾ। ਵੈਸੇ ਮੈਨੂੰ ਵੈਸੇ ਇਸ ਪੂਰੇ ਮਾਮਲੇ 'ਤੇ ਮੁਸਕਰਾਉਣਾ ਵੀ ਨਹੀਂ ਚਾਹੀਦਾ, ਕਿਉਂਕਿ ਇਨਸਾਫ਼ ਦਾ ਮਸਲਾ ਹੈਗਾ, ਇਨਸਾਫ਼ ਦੀ ਕੋਈ ਗੱਲ ਨਹੀਂ ਕਰ ਰਿਹਾ ਹੈਗਾ। ਕੈਪਟਨ, ਮੈਂ ਆ ਰਿਹਾ ਡਾਕਟਰ ਲਤੌਰ ਕੋਲ। ਕੈਪਟਨ ਜਨਰਲ ਸਿੱਧੂ, ਇਸ ਸਾਰੇ ਮਾਮਲੇ ਦੇ ਵਿੱਚ ਕਿਤੇ ਇਹ ਬਰਗਾੜੀ ਦੇ ਨਾਲ ਜਿਹੜੀ ਜੁੜੀਆਂ ਹੋਈਆਂ ਧਿਰਾਂ ਹੈਗੀਆਂ ਉਹਨਾਂ ਨੂੰ ਸਿਆਸੀ ਜਿਹੜੀ ਸਮੈਲ ਬਾਹਰੋਂ ਆ ਰਹੀ ਸੀਗੀ ਉਸ ਨੂੰ ਪਾਸੇ ਕਰਨ ਦੇ ਲਈ ਇਹੋ ਜਿਹੇ ਫੈਸਲੇ ਤਾਂ ਨਹੀਂ ਕਰਨੇ ਪਏ? ਇਹ ਲੋਕਾਂ ਦੇ ਵਿੱਚ ਸਵਾਲ ਉੱਠਦਾ ਪਿਆ ਹੈਗਾ, ਇਹਦਾ ਜਵਾਬ ਚਾਹੀਦਾ। ਬਿਲਕੁਲ, ਕਿਤੇ ਇਨਸਾਫ਼ ਇਹ ਕਨੈਕਸ਼ਨ ਦੇਖੋ ਜੁੜਦਾ ਪਿਆ। ਇਨਸਾਫ਼ ਮਾਰਚ ਸ਼ੁਰੂ ਹੋਣ ਜਾ ਰਿਹਾ, ਇੱਕ ਦਿਨ ਪਹਿਲਾਂ ਅਨਾਊਂਸਮੈਂਟ ਹੁੰਦੀ ਆ ਕਿ ਇਹ ਮੋਰਚਾ ਚੁੱਕਿਆ ਜਾਣਾ ਹੈਗਾ, ਇੱਕ ਕੋਰ ਕਮੇਟੀ ਦੀ ਬੈਠਕ ਹੁੰਦੀ ਆ, ਉਹਦੇ ਵਿੱਚੋਂ ਇਹ ਖਬਰ ਬਾਹਰ ਆ ਰਹੀ ਹੈ ਕਿ ਅਕਾਲੀ ਦਲ ਪਛਤਾਵ ਕਰਨ ਜਾ ਰਿਹਾ ਹੈਗਾ, ਉਸ ਦੇ ਨਾਲ ਹੀ ਇਹ ਖਬਰ ਜੁੜ ਕੇ ਆ ਰਹੀ ਹੈ ਕਿ ਬਰਗਾੜੀ ਮੋਰਚਾ ਹੁਣ ਚੁੱਕਿਆ ਜਾ ਰਿਹਾ ਹੈਗਾ, ਇਹਨਾਂ ਦਾ ਆਪਸ ਵਿੱਚ ਕੀ ਕਨੈਕਸ਼ਨ ਹੈਗਾ ਇਹ ਮੈਨੂੰ ਸਮਝ ਨਹੀਂ ਆ ਰਹੀ। ਇਹੀ ਤਾਂ ਮੈਂ ਤੁਹਾਨੂੰ ਸਮਝਾ ਰਿਹਾ ਤੇ ਤੁਸੀਂ ਉਹਨੂੰ ਸੁਲਝਣ ਦੀ ਬਜਾਏ ਉਲਝਾ ਰਹੇ ਜੇ। ਜਿਹੜਾ ਇਨਸਾਫ਼ ਮਾਰਚ ਕਰ ਰਹੇ ਨੇ ਇਹਦਾ ਬਰਗਾੜੀ ਵਾਲੇ ਮੋਰਚੇ ਨਾਲ ਕੋਈ ਤਲੁਕਾਤ ਨਹੀਂ ਹੈਗਾ। ਇਹਨਾਂ ਨੇ ਕਦੋਂ ਤਲੁਕਾਤ ਕਦੋਂ ਟੁੱਟ ਗਿਆ ਸੀਗਾ? ਤਲੁਕਾਤ ਬਣਿਆ ਕਦੋਂ ਸੀ? ਜਦੋਂ ਉੱਥੇ ਗਏ ਸੀ ਸਾਰੇ, ਉਹ ਤਾਂ ਉਦੋਂ ਤਲੁਕਾਤ ਨਹੀਂ ਬਣਿਆ ਸੀ। ਗੁਰੂ ਗ੍ਰੰਥ ਸਾਹਿਬ ਵਾਸਤੇ ਤਾਂ ਸਾਰਿਆਂ ਨੂੰ ਕਾਲ ਸੀ, ਹਰ ਸਾਰਾ ਸਿੱਖ ਜਗਤ ਗਿਆ ਉੱਥੇ, ਸਾਰੀ ਦੁਨੀਆਂ ਜਾ, ਇਹ ਵੀ ਗਏ, ਪੰਜਾਬੀ ਜਗਤ ਗਿਆ, ਇਹ ਸਾਰਾ ਜਗਤ ਗਿਆ ਨਾ ਉੱਥੇ, ਕੋਈ ਇਕੱਲੇ ਥੋੜੀ ਗਏ, ਤੇ ਉੱਥੇ ਇਹ ਵੀ ਗਏ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਆਪਦਾ, ਇਹਨਾਂ ਦਾ ਪੋਲੀਟੀਕਲ ਪਾਰਟੀ ਹੈ, ਇਹਨਾਂ ਦੇ ਆਪਦੇ ਸ਼ਡਿਊਲ ਨੇ, ਇਹਨਾਂ ਦੇ ਆਪਦੇ ਪ੍ਰੋਗਰਾਮ ਨੇ। ਇਹਨਾਂ ਨੇ ਇੱਕ ਮਾਰਚ ਦਿੱਤਾ ਜਿਹੜਾ ਇਨਸਾਫ਼ ਮਾਰਚ, ਉਹ ਖਾਲੀ ਬੜਗਾੜੀ ਵਾਲਿਆਂ ਵਾਸਤੇ ਨਹੀਂ ਹੈ, ਉਹ ਕਿਸਾਨਾਂ ਵਾਸਤੇ ਵੀ ਹੈ ਉਹ। ਚਲੋ ਮੈਂ ਸਵਾਲ ਦੂਜਾ ਕਰ ਦਿੰਦਾ। ਹਾਂਜੀ ਕਰੋ। ਤੁਸੀਂ ਇਸ ਇਨਸਾਫ਼ ਮਾਰਚ ਵਿੱਚ ਸ਼ਾਮਿਲ ਹੋ ਜਾਓਗੇ? ਬਿਲਕੁਲ, ਅਸੀਂ ਇਨਸਾਫ਼, ਕਿਉਂਕਿ ਇਹ ਵੀ ਸਿੱਖਾਂ ਦੀ ਮੰਗ ਲਈ ਹੈ ਨਾ, ਤੁਸੀਂ ਕਹਿ ਰਹੇ ਹੋ ਸਿੱਖਾਂ ਦੀ ਮੰਗ ਲਈ ਹੈ, ਤੁਸੀਂ ਇਸ ਇਨਸਾਫ਼ ਮਾਰਚ ਵਿੱਚ ਸ਼ਾਮਿਲ ਹੋਵੋਗੇ? ਬਿਲਕੁਲ ਸ਼ਾਮਿਲ ਹੋਵਾਂਗੇ। ਕਿਹੜੀ ਕਿਹੜੀ ਪਾਰਟੀ ਸ਼ਾਮਿਲ ਹੋ ਰਹੀਆਂ? ਯੂਨਾਈਟਿਡ ਅਕਾਲੀ ਦਲ ਸ਼ਾਮਿਲ ਹੋਏਗਾ, ਯੂਨਾਈਟਿਡ ਸਿੱਖ ਮੂਵਮੈਂਟ ਸ਼ਾਮਿਲ ਹੋਏਗੀ, ਔਰ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਸਿੱਖ ਸੰਗਤ ਜਿਹੜੀ ਹੈ ਜੁਆਇਨ ਕਰੇ। ਇਨਸਾਫ਼ ਮੋਰਚੇ ਤੋਂ ਬਾਅਦ ਇਨਸਾਫ਼ ਮਾਰਚ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਬਾਕੀ ਤਰ੍ਹਾਂ? ਬਿਲਕੁਲ, ਦੇਖੋ ਇਨਸਾਫ਼ ਜਿਹੜਾ ਮੋਰਚਾ ਹੈ ਉਹਦਾ ਇਸ ਇਨਸਾਫ਼ ਮਾਰਚ ਨਾਲ ਕੋਈ ਸੰਬੰਧ ਨਹੀਂ ਹੈ, ਪਰ ਜੇ ਉਸ ਦੀ ਕੋਈ ਧਿਰ ਜਾਣਾ ਚਾਹੁੰਦੀ ਹੈ ਤੇ ਉਹਨੂੰ ਰੋਕ ਕੌਣ ਸਕਦਾ? ਅਸੀਂ ਜਾ ਰਹੇ ਨਾ, ਅਸੀਂ ਤੁਹਾਨੂੰ ਸ਼ਹਿਰ ਅਨਾਊਂਸ ਕਰਦੇ ਹਾਂ ਕਿ ਅਸੀਂ ਸਪੋਰਟ ਕਰਨ ਜਾ ਰਹੇ ਹਾਂ। ਡਾਕਟਰ ਢਿੱਲੋਂ, ਇਹ ਬਹੁਤ ਬਹੁਤ ਵੱਡੀ ਗੱਲ ਕਹੀ ਜਾ ਰਹੀ ਹੈ ਕਿ ਇਨਸਾਫ਼ ਮੋਰਚੇ ਤੋਂ ਬਾਅਦ ਇਨਸਾਫ਼ ਮਾਰਚ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਹ ਮੋਰਚੇ ਤੋਂ ਮਾਰਚ ਤੱਕ ਦਾ ਰਾਹ ਆ ਜਿਹੜਾ ਇਨਸਾਫ਼ ਲਈ ਮੁਫੀਦ ਹੈ ਜਾਂਦੇ? ਦੇਖੋ, ਮੈਂ ਪਹਿਲਾਂ ਆਪਣੇ ਮਿੱਡਾ ਸਾਹਿਬ ਦਾ ਜਵਾਬ ਦੇਣਾ ਚਾਹੁੰਦਾ। ਮੈਂ ਇੱਕ ਗੱਲ ਕਹੀ ਸੀ
उस तो पहला उसनु डीजीपी दा रुतबा दे देता गया सी। ही वॉज ए लॉ अनटू हिमसेल्फ, ही वॉज ए, मैं आई एम रिपीटिंग अगेन सिंस यू आर ए लॉयर, ही वॉज ए लॉ अनटू हिमसेल्फ। वो प्रोक्लेम करता भी 200 मुंडे मैं आप मारे है, सेंटर दी इजाजत तो बगैर। मैं समझदा, मैं एक उइयो स्टेटमेंट दे रहा, प्रकाश सिंह बादल नूं अरेस्ट कर सकते लेकिन समीर सिंह सैनी नूं नहीं अरेस्ट कर सकता, अमरिंदर सिंह, माइंड माई वर्ड्स। तो इस करके मैं ये गल जान बुझ के कह रहा कि सेंटर दे कोल बड़े वड्डे हत्थ आ और उन्होंने अपने प्रोटेजीज आ जिहड़े इत्थे रूथलैसली रूल करदे आ, जिहड़ा ब्रूटल रूल आ। ढिल्लो साहब, सेंटर ने मोर्चा खत्म करवाया, सेंटर ने मोर्चा, इहदे बारे मैं कुछ नहीं कह सकता, पर यह मोर्चे की जिहड़े दोने बैठे सीगे उत्थे इन्हां दी कोई सांड गांड हैगी जिहड़ा वो आप ही मन रहे आ अमरिंदर सिंह दे नाल? ते अमरिंदर सिंह कोई इंडिपेंडेंट एंटिटी तो है नहीं, अमरिंदर सिंह भी सबॉर्डिनेटर टू दी सेंटर, बीजेपी भी सबॉर्डिनेटर टू दी सेंटर। डॉक्टर साहब सुनो, अरे मैं तुसे मलाइन ना करो मोर्चा, नहीं मैं मलाइन नहीं कर रहा, तो आप कह रहे हैं अमरिंदर ने की, मैं थोड़ा कह रहा हूं सरकारा नाल तो गल्ला करनी है पेनी है सरकार को, चलो मैं एक और छोटा बकवास ना आप सरकार से आमी गल पर करते होंगे, किस नूं किस नाल गल करनी चाहिए किस नूं किस नाल नहीं करना चाहिए, सारे की अपनी अपनी लाइन होंदी है, कोई धार्मिक लाइन से चलता तो कोई धार्मिक ते सियासी लाइन नूं इकट्ठा कर दिंदा हैगा, पर इस सारे मोर्चों के विचों जिहड़ी कौम इंसाफ मंगती पई है कि उस नूं इंसाफ लई ये मोर्चे किसी मुकाम तक लैके गए या कि नहीं गए, इन्हां मोर्चों का हासिल किया ना मार्च का हासिल की होगा, इस माफ़ी का हासिल की होगा। मेरे तो वापस आ रहे कि पंजाब विच मोर्चा मुकाउण, मार्च शुरू करन ते माफ़ी मंगण दे ऐलान दा इंसाफ ना कि कनैक्शन हैगा। अच्छा जी बराड़, सुनील जाखड़ पंजाब कांग्रेस के प्रधान है, मैंबर पार्लीमेंट है, उन्होंने एक सवाल चुकया हैगा तुहाडे ते कि गुज्जी जी माफ़ी मंगणगे, ये सवाल का जवाब दे सकदे हो? देखो पहली गल तो एक है, सुनील कुमार जाखड़ जी नूं वो आपदी कांग्रेस पार्टी ते आपदे कांग्रेस दे मसलियां वन्नी ध्यान देण। सुनील कुमार जाखड़ जी है कौन ने, जिन्हां दे पिता श्री बलराम जाखड़ जी कहिंदे सी कि जे 2 करोड़ सिख भी सानू कुरबान करने पए देश की शांति लई तां असीं कर देवांगे, उस अंश वंश चों है, इस करके इन्हां तों नहीं सीखना जां इन्हां तों नहीं पुछना असीं भी की करना ते नहीं की करना, आपदी पोलिटिकल गल करना। पिछले गल्लां मैं दोवें तिन्ने भावें खहरा साहब की कीती जां कुलतार सिंह की कीती, तुसीं मेरे ख्याल साडे बिरागी साहब ने भी इतराज़ फराया कि परसनलाइज हो गए। मैनूं इह लगदा कि हो सकदा जे किसी नूं दुख लग्गिया होवे माफ़ी चाहुंदा, पर मैं एक जायज़ जीआं ते सही गल्लां कीतीआं, साडे डबल स्टैंडर्ड नहीं ना होने चाहिए किसी गल च भी। मैं तो यह बेनती करदा कि सानूं दुख होना चाहिए जे अज भी कितें होईआं, पिछले महीने दे विच ही 2 होईआं, वह भी नहीं होनी चाहिए, सानू सिर जोड़ना चाहिए, सारिया पार्टियां उन्होंने पिंडां दे विच कितें कोई सीसीटीवी कैमरे रह गए वह लवाने चाहिए है, जे कितें किसी किस्म दीआं कई थां ते तां पिंडां दे विच जिहड़ियां जदों पिछले समय दे साडी सरकार दे समय दे दौरान बेअदबियां होईआं, बहुत सारे ग्रंथी सिंह परेशानी दे दौरान जां घट तनखाह मिलण दे कारण एक दूजे नूं फसाउण ते दबाउण दी कारण बेअदबियां कीतीआं सी, की उन्हां नूं तनखाह पूरी मिल रही है की उत्थे होर की हो सकता, सानू इस पासे नूं ध्यान देना चाहिए ना कि जिवें एक पॉलिटिक्स खेडनी चाहिए जिवें खहरा साहब दी टोटल पॉलिटिक्स। जिहड़ी गल तुसीं कह रहे हो तुहाडीआं गल्लां तों इह लगदा कि अकाली दल इस मामले दे विच ये कहना चाह रहे हैं कि साढ़े ते सियासी इल्जाम तराशियां हुई हैं, बेदबी लई असीं जिम्मेवार नहीं है किसी के। दूजा सवाल यह है फिर माफ़ी तुसीं किस चीज़ की मंगन जा रहे हो? मेरी एक बेनती है कि जदों सरकार दे विच कुछ भी वापर जाता है तो जिहड़ी सरकार हुंदी है उहदा क्रैडिट भी तो डिसक्रैडिट भी उहनूं जाणा ही जाणा। मैं इस गल का बड़ी हलीमी नाल पहले ही कहता कि साडे लई बड़ी शर्मिंदगी का बाइस है कि साडी सरकार वेले वापरिया 100 ਦੇ ਕਰੀਬ ਇਹ ਜਿਹਾ ਕੇਸ ਵਾਪਰੇ ਜਿਹਦੇ ਚੋਂ 2-3 ਹੱਲ ਨਹੀਂ ਹੋਏ ਸੀ, ਬਾਕੀ ਸਾਰੇ ਹੱਲ ਵੀ ਹੋ ਗਏ ਸੀਗੇ। ਠੀਕ ਹੈ ਰਿੰਪਲ ਬੇਟਾ, ਇੱਕ ਸਵਾਲ ਇਹ ਵੀ ਉੱਠਦਾ ਪਿਆ ਹੈਗਾ, ਜਿਹੜਾ ਸਵਾਲ ਸੋਸ਼ਲ ਮੀਡੀਆ 'ਤੇ ਉੱਠਦਾ ਜਾਂ ਜਿਹੜਾ ਸਵਾਲ ਹਵਾ ਵਿੱਚ ਉੱਠਦਾ ਹੈਗਾ, ਉਹ ਸਵਾਲ ਪੁੱਛਣਾ ਬਣਦਾ ਹੈਗਾ। ਰਿੰਪਲ ਬੇਟਾ, ਸਵਾਲ ਇਹ ਉੱਠਦਾ ਹੈ ਕਿ ਅਕਾਲੀ ਦਲ ਲਈ ਤੁਸੀਂ ਇੱਕ ਇਹੋ ਜਿਹਾ ਪੈਸੇਜ ਤਿਆਰ ਕੀਤਾ ਹੈਗਾ ਕਿ ਅਕਾਲੀ ਦਲ ਹੁਣ ਮਾਫ਼ੀ ਮੰਗਣ ਜਾ ਰਿਹਾ, ਬਰਗਾੜੀ ਮੋਰਚਾ ਉੱਥੋਂ ਚੱਕਿਆ ਜਾ ਰਿਹਾ ਹੈਗਾ, ਇਹ ਸਭ ਦੇ ਵਿਚਾਲੇ ਜਿਹੜਾ ਇਨਸਾਫ ਮਾਰਚ ਨਿਕਲਣ ਜਾ ਰਿਹਾ ਹੈਗਾ ਸੀਗਾ, ਉਸ ਦੀ ਤੁਸੀਂ ਫੂਕ ਕੱਢਣ ਦੀ ਤਿਆਰੀ ਕਰ ਲਈ ਹੈ? ਚਲੋ ਤੁਸੀਂ ਇਹ ਸਾਨੂੰ ਬਹੁਤ ਵੱਡਾ ਮਾਸਟਰਮਾਈਂਡ ਦੱਸ ਦਿੱਤਾ। ਨਹੀਂ ਨਹੀਂ, ਬਹੁਤ ਵੱਡਾ ਮਾਸਟਰਮਾਈਂਡ ਨਹੀਂ, ਬਹੁਤ ਪਰ ਮੇਰਾ ਸਵਾਲ ਜਿਹੜਾ ਤੈਰਦਾ ਪਿਆ ਲੋਕਾਂ ਦੇ ਵਿਚਾਲੇ ਉਹ ਸਵਾਲ ਪੁੱਛਣਾ, ਕਿਉਂਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤੇ ਤੁਹਾਡੀ ਗੱਲ ਨਹੀਂ ਕਰਦੇ ਸੀ। ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਬਹੁਤ ਵੱਡਾ ਮਾਸਟਰਮਾਈਂਡ ਦੱਸਿਆ, ਪਰ ਮੈਂ ਇਹ ਜਿਹੜੀ ਹੈ ਜਿਹੜੀ ਪਬਲਿਕ ਹੈ ਉਹ ਚੰਗੀ ਤਰ੍ਹਾਂ ਸਮਝ ਸਕਦੀ ਹੈ, ਮੈਨੂੰ 2 ਮਿੰਟ ਦੇਣਾ ਵਿੱਚ ਬੋਲਣਾ ਨਾ ਪਲੀਜ਼। ਮੈਂ ਇਹ ਜਿਹੜੀ ਹੈ ਅੱਜ ਜਿੱਥੋਂ ਗੱਲ ਸ਼ੁਰੂ ਹੋਈ ਤੇ ਜਿੱਥੇ ਹੁਣ ਮੋਰਚਾ ਜਿਹੜਾ ਉਹ ਚੱਕਿਆ ਜਾ ਰਿਹਾ, ਉਸ ਦੇ ਜਿਹੜੇ ਆਪਾਂ ਸਾਰੀ ਗੱਲ ਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਕਰ ਲਈਏ। ਇਹ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਕੋਈ
पवित्र बीड़ नू इस तरीके नाल कोई शॉर्ट सर्किट नाल जां उस नू बेअदबी नू इह गुरु ग्रंथ साहिब वेले उस वेले दी बेअदबी नू इह बिल्कुल एक सार मिला दिंदे ने पर जदों क्यों घटना ਉਹ ਘਟਨਾ ਸਿਰਫ ਤੇ ਸਿਰਫ ਵੋਟਾਂ ਲਈ ਸੀ ਸੱਚੇ ਸੌਦੇ ਨੂੰ ਮਾਫੀ ਦੇਣ ਦੇ ਕਾਰਨ ਹੋਈ ਸੀ ਇਹ ਇਹ ਘਟਨਾ ਦੀ ਸ਼ੁਰੂਆਤ ਉੱਥੋਂ ਹੋਈ ਔਰ ਉਸ ਤੋਂ ਬਾਅਦ ਜਿਹੜੀ ਹੈ ਅਕਾਲੀ ਦਲ ਨੇ ਉਸ ਦੇ ਉੱਤੇ ਮਿੱਟੀ ਪਾਉਣ ਦੇ ਯਤਨ ਕੀਤੇ ਔਰ ਜਿਹੜੇ ਜਿਹੜੇ ਉਹ ਦੋਸ਼ੀ ਨੇ ਉਹ ਸ਼ਰੇਆਮ ਘੁੰਮਦੇ ਰਹੇ ਔਰ ਉਸ ਤੋਂ ਅੱਗੇ ਚੱਲੇ ਮੈਂ ਤਾਂ ਤੁਹਾਨੂੰ ਮੰਗ ਕੇ ਲਿਆ ਨਹੀਂ ਤੁਸੀਂ ਮੰਗ ਕੇ ਲਿਆ ਤੁਸੀਂ ਡੇਰਾ ਮੁਖੀ ਦਾ ਨਾਮ ਦਿੱਤਾ ਡੇਰਾ ਮੁਖੀ ਨੂੰ ਸੱਦੋ ਨਾ ਇੱਥੇ ਡੇਰਾ ਮੁਖੀ ਨੂੰ ਕਿਉਂ ਨਹੀਂ ਜੇਲ੍ਹ ਵਿੱਚ ਸ਼ਾਮਲ ਕਰਦੇ ਫਿਰ ਤੁਸੀਂ ਗੱਲ ਤਾਂ ਸੁਣ ਲਓ ਮੈਨੂੰ ਪਹਿਲਾਂ ਕੰਪਲੀਟ ਕਰ ਲੈਣ ਦਿਓ ਮੈਂ ਮੰਗ ਕੇ ਤੁਹਾਡੇ ਤੋਂ ਸਮਾਂ ਲਿਆ ਔਰ ਇਸ ਦੇ ਵਿੱਚ ਕੀ ਹੈ ਕਿ ਉੱਥੋਂ ਦੀ ਗੱਲ ਚੱਲੀ ਹੋਈ ਹੈ ਔਰ ਉਹ ਗੱਲ ਚੱਲਣ ਤੋਂ ਬਾਅਦ ਜਿੱਥੇ ਬਰਗਾੜੀ ਮੋਰਚੇ ਦੇ ਉਹ ਜਿਹੜੇ ਨਿਰਸਰਵਾਰਥ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਉਹ ਉਸ ਦੇ ਲਈ ਉਹ ਬੈਠੇ ਮੋਰਚੇ ਤੇ ਬੈਠੇ ਲੋਕਾਂ ਦੀ ਤੁਲਨਾ ਜਿਹੜੀ ਹੈ ਤੁਲਨਾ ਉਹ ਰਾਜਨੀਤਿਕ ਲੋਕ ਜਿਹੜੇ ਇਨਸਾਫ ਦੀ ਗੱਲ ਕਰ ਰਹੇ ਨੇ ਜਿਹੜੇ ਨਿਰੋਲ ਤੌਰ ਦੇ ਉੱਤੇ ਰਾਜਨੀਤੀ ਉਸ ਤਰੀਕ ਨੂੰ ਜਿਸ ਦੇ ਜ਼ਿਕਰ ਤੁਸੀਂ 7 ਤਰੀਕ ਦਾ ਕੀਤਾ ਉੱਥੇ ਵੀ ਕਰਕੇ ਆਏ ਇਹਨਾਂ ਨੇ ਬਰਗਾੜੀ ਮੋਰਚੇ ਦੇ ਉੱਤੇ ਇਹ ਜਿਹੜੀ ਖਹਿਰਾ ਗਰੁੱਪ ਨੇ ਆਪਦਾ ਬੈਨਰ ਲਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਕਿ ਨਰੋਲ ਰਾਜਨੀਤੀ ਸੀ ਔਰ ਇਹ ਜਿਹੜਾ ਇਹ ਵੀ ਵੋਟਾਂ ਦੀ ਲਈ ਕਰ ਰਹੇ ਔਰ ਇਸ ਨਾਲ ਜਿਹੜਾ ਉਹਨਾਂ ਦੀ ਨਿਰਸਵਾਰਥ ਭਾਵ ਸੱਟ ਮਾਰੀ ਜਾ ਬੁੱਢਾ ਸਿੰਘ ਬਰਾਗੀ ਤੁਸੀਂ ਲੋਕਾਂ 'ਚ ਜਾਣਾ ਇਨਸਾਫ ਮਾਰਚ ਲੈ ਕੇ ਲੋਕ ਇਹ ਸਵਾਲ ਪੁੱਛਦੇ ਪਏ ਆ ਤੁਹਾਡਾ ਇਨਸਾਫ ਮਾਰਚ ਖਤਮ ਕਰਨ ਦੇ ਲਈ ਸਭ ਕੁਝ ਹੋ ਰਿਹਾ ਮੈਂ ਤਾਂ ਪਹਿਲਾਂ ਤੁਹਾਡੇ ਜਵਾਬ ਤੋਂ ਸਵਾਲ ਤੋਂ ਪਹਿਲਾਂ ਮੈਂ ਤਾਂ ਹੈਰਾਨ ਹਾਂ ਵੀ ਬੁੱਢਾ ਸਾਹਿਬ ਦੀ ਇਹ ਪਰਸਨਲ ਸਟੇਟਮੈਂਟ ਆ ਕਿ ਸਰਕਾਰ ਦੀ ਆ ਇੰਨੀ ਬੁਖਲਾਹਟ ਜਾਂ ਤਾਂ 7 ਤਰੀਕ ਵਾਲੇ ਦਿਨ ਦਿਸੀ ਸੀਗੀ ਜਦੋਂ ਉਹ ਪ੍ਰੋਗਰਾਮ ਨੂੰ ਜਿਹੜਾ ਅਸੀਂ ਇਨਸਾਫ ਲਈ ਸੀਗਾ ਇੱਕ ਉਹੀ ਬੁਖਲਾਹਟ ਇਹਨਾਂ ਨੂੰ ਅੱਜ ਦਿਸ ਰਹੀ ਆ ਪਬਲਿਕ ਸਭ ਜਾਣਦੀ ਆ ਮਿੱਡਾ ਜੀ ਪਬਲਿਕ ਦਾ ਪਬਲਿਕ ਦੇ ਨਹੀਂ ਪਬਲਿਕ ਸਭ ਜਾਣਦੀ ਪਬਲਿਕ ਨੂੰ ਦੱਸ ਵੀ ਦਿਓ ਨਾ ਪਬਲਿਕ ਦਾ ਹੀ ਸਵਾਲ ਹੈ ਇਹ ਹਾਂਜੀ ਪਬਲਿਕ ਦਾ ਹੀ ਸਵਾਲ ਹੈ ਕਿ ਤੁਹਾਡਾ ਇਨਸਾਫ ਮਾਰਚ ਖਤਮ ਕਰਨ ਦੇ ਲਈ ਸਭ ਕੁਝ ਹੋ ਰਿਹਾ ਨੈਚੁਰਲ ਆ ਇਹਨਾਂ ਮੈਂ ਹੁਣ ਜੇ ਉਹ ਸ਼ਬਦ ਥੋੜੇ ਜਿਹੇ ਸਖਤ ਵਰਤਾਂ ਪੰਜਾਬ ਲਈ ਬੇਇਨਸਾਫੀ ਹੁੰਦੀ ਰਹੀ ਆ ਇਕੱਲੇ ਇਸ ਇਸ਼ੂ ਤੋਂ ਨਹੀਂ ਹੋਰ ਵੀ ਇਸ਼ੂਆਂ 'ਤੇ ਉਹ ਸਾਰੀਆਂ ਕਿਸਾਨਾਂ ਜਵਾਨਾਂ ਨੌਜਵਾਨਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਅਸੀਂ ਇਨਸਾਫ ਮਾਰਚ ਕੱਢ ਰਹੇ ਹਾਂ ਕੋਈ ਅਸੀਂ ਉਹਦੇ ਲਈ ਮਾੜੀ ਗੱਲ ਨਹੀਂ KP ਸਿੰਘ ਜੀ ਕਰ ਰਹੇ ਚੰਗੀ ਗੱਲ ਕਰ ਰਹੇ ਹਾਂ ਅਤੇ ਇਹਨਾਂ ਦਾ ਇਹਨਾਂ ਨੇ ਬੇਇਨਸਾਫੀਆਂ ਕੀਤੀਆਂ ਅਤੇ ਇਹਨਾਂ ਨੂੰ ਦੁੱਖ ਤਾਂ ਲੱਗਣਾ ਹੀ ਲੱਗਣਾ ਮੈਨੂੰ ਉਹ ਫੂਕ ਕੱਢਣ ਦੀ ਗੱਲ ਹੋਈ ਆ ਫੂਕ ਕੀ ਕੱਢਣਗੇ ਇਹ ਫੂਕ ਤਾਂ ਸਾਰਾ ਲੋਕੀ ਜਾਣਦੇ ਨੇ ਇਹਨਾਂ ਨੇ ਪੰਜਾਬ ਨੂੰ ਕਿਸ ਤਰ੍ਹਾਂ ਤਬਾਹ ਕੀਤਾ ਵਾ ਅਤੇ ਉਹ ਸਾਰਾ ਹੀ ਹੈਗਾ ਜਿੱਥੋਂ ਤੱਕ ਡੇਰਾ ਮੁਖੀ ਦੀ ਗੱਲ ਹੋਈ ਆ ਜੇ ਇੰਨਾ ਹੀ ਇਹ ਹਿੱਕ ਥਾਪੜਦੇ ਨੇ ਤਾਂ ਮੌੜ ਬਲਾਸਟ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਪ੍ਰੇਮਾ ਫਸਾਈਲੀ ਮੂਹਰੇ ਆ ਗਿਆ ਡੇਰਾ ਮੁਖੀ ਨੇ ਇਹਨਾਂ ਦੇ ਬੰਦੇ ਦੇ ਕਾਂਗਰਸੀ ਦੇ ਕਹਿਣ 'ਤੇ ਉਹ ਕਰਵਾਇਆ ਸੀਗਾ ਜਿੱਥੇ ਜਾਨਾਂ ਵੀ ਗਈਆਂ ਵਾ ਡੇਰਾ ਮੁਖੀ ਨੂੰ ਕਿਉਂ ਨਹੀਂ ਹਜੇ ਤੱਕ ਤਲਬ ਕੀਤਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਵਾਲੀ ਤਾਂ ਵੱਡੀ ਗੱਲ ਆ ਨਾ ਉਹ ਤਾਂ ਛੋਟੀ ਜਿਹੀ ਗੱਲ ਆ ਇਹ ਇੱਕ ਪਾਸੇ ਤਾਂ ਡੇਰਾ ਮੁਖੀ ਤੋਂ ਵੋਟਾਂ ਲੈਂਦੇ ਨੇ ਦੂਜੇ ਪਾਸੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਠੀਕ ਚੰਜੀ ਬਰਾੜ ਫਟਾਫਟ ਮੈਂ ਇੱਕ ਬੇਨਤੀ ਕਰਦੇ ਹਾਂ ਇਹਨਾਂ ਨੇ ਕਿਹਾ ਕਿ ਦੋਸ਼ੀ ਪਤਾ ਸੀ ਫੜੇ ਨਹੀਂ ਫਲਾਨਾ ਤਿਉਂਕਾ ਬੜੀਆਂ ਗੱਲਾਂ ਮਿੱਡਾ ਜੀ ਨੇ ਕੀਤੀਆਂ ਮੈਂ ਫਿਰ ਚਾਹੁੰਦਾ ਕਿ ਸਿਆਸਤ ਨਾ ਹੋਵੇ ਇਹ ਵੀ ਸਿਆਸਤ ਦੀ ਗੱਲ ਹੀ ਹੋ ਰਹੀ ਹੈ ਜੇ ਪਤਾ ਸੀ ਤਾਂ 1.5 ਸਾਲ ਤਾਂ ਤੁਸੀਂ ਵੀ ਲਾਤਾ ਫੜਨ ਲੱਗਿਆ ਨੂੰ ਅਤੇ ਹਲੇ ਜਨਤਾ ਨੂੰ ਇਹ ਨਹੀਂ ਪਤਾ ਵੀ ਸਹੀ ਫੜੇਗੇ ਕਿ ਨਹੀਂ ਫੜੇਗੇ ਤੁਸੀਂ ਕਲੀਅਰ ਹੀ ਨਹੀਂ ਕਰਦੇ ਇੱਕ ਗੱਲ ਬਰਾਗੀ ਸਾਹਿਬ ਨੇ ਫੜੇਗੇ ਵਧੀਆ ਗੱਲ ਉਠਾਈ ਨਹੀਂ ਨਹੀਂ ਮੇਰੀ ਮੇਰੀ ਤੁਹਾਨੂੰ ਸ਼ੱਕ ਹੈ ਜਿਹੜੇ ਫੜੇ ਮੇਰੀ 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 ਮਿੱਡਾ ਸਾਹਿਬ ਅਤੇ ਪੰਜਾਬ ਦੀ ਜਨਤਾ ਇਹ ਜਾਣਨਾ ਚਾਹੁੰਦੀ ਹੈ ਵੀ ਕਿਹੜੇ ਕਿਹੜੇ ਕੇਸ 'ਚ ਕਿਹੜੇ ਕਿਹੜੇ ਬੰਦੇ ਨਾਮਜ਼ਦ ਹੋ ਗਏ ਇਹ ਬਾਕਾਇਦਗੀ ਨਾਲ ਸਰਕਾਰ ਐਲਾਨ ਕਰੇ ਤੁਸੀਂ ਦੋ ਬੰਦਿਆਂ ਦੇ ਨਾਮ ਦੱਸ ਦਿਓ ਜਿਹੜੇ ਫੜੇਗੇ ਦੂਜੀ ਨਹੀਂ ਤੁਸੀਂ ਉਸ ਦੇ ਜਿਹੜੇ ਸਾਥੀ ਸੀ ਸਾਰੇ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਕਿਹੜੇ ਕੇਸ 'ਚ ਆਇਆ ਦੱਸ ਬਿਲਕੁਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਹੱਥ ਪਾਇਆ ਸੀ ਤੇ ਉਹ ਲੋਕ ਨੇ ਔਰ ਸੱਚੇ ਇਹ ਸੱਚੇ ਸੌਦੇ ਦੇ ਜਿਹੜੇ ਕਿਉਂ ਵਾਲੇ ਕੇਸ ਦੀ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਕਈ ਗੁਰਦੁਆਰਾ ਸਾਹਿਬਾਨਾਂ 'ਚ ਬੇਅਦਬੀ ਹੋਈ ਹੈ ਤੁਸੀਂ ਬਰਗਾੜੀ ਵਾਲੇ ਦੀ ਗੱਲ ਕਰਦੇ ਹੋ ਬਰਗਾੜੀ ਵਾਲੇ ਦੀ ਗੱਲ ਬਰਗਾੜੀ ਵਾਲੇ ਦੇ ਦੋਸ਼ੀ ਫੜੇਗੇ ਤੁਸੀਂ ਮੰਨਦੇ ਹੋ ਬਿਲਕੁਲ ਚਲੋ ਐਲਾਨ ਕਰੇ ਸਰਕਾਰ ਚੰਗੀ ਗੱਲ ਹੈ ਦੂਜੀ ਗੱਲ ਬਰਾਗੀ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਉਠਾਈ ਹੈ ਕਿ ਉੱਥੇ ਦੋ ਮਰੇ ਸੀ ਸਾਡੇ ਵੇਲੇ ਵੀ ਅਸੀਂ ਕੋਈ ਜਸਟੀਫਿਕੇਸ਼ਨ ਨਹੀਂ ਕਰਦੇ ਸਾਡੇ ਵੇਲੇ ਗੋਲੀ ਚਲਾਈ ਦੋਸ਼ੀ ਫੜੇ ਜਾਣੇ ਚਾਹੀਦੇ ਆ ਸਜ਼ਾ ਮਿਲਣੀ ਚਾਹੀਦੀ ਹੈ ਸਭ ਕੁਝ ਠੀਕ ਹੈ ਚਾਰ ਬੰਦੇ ਮੌੜ ਬਲਾਸਟ ਦੇ ਵਿੱਚ ਮਰੇ ਉੱਥੇ ਕਰੋੜ ਰੁਪਇਆ ਦੀ ਅਸੀਂ ਵਾਰ ਵਾਰ ਮੰਗ ਕੀਤੀ ਉੱਥੇ ਕਿਉਂ ਨਹੀਂ ਕਰਦੇ ਉੱਥੇ ਅਗਲੀ ਕਾਰਵਾਈ ਕਿਉਂ ਨਹੀਂ ਕਰਦੇ ਜਿਹੜੀ ਹੋਣੀ ਚਾਹੀਦੀ ਹੈ ਇੱਕ ਔਰ ਦੂਜੀ ਮੈਂ ਇੱਕ ਗੱਲ ਯਾਦ ਕਰਾ ਦਿਆਂ ਠੀਕ ਹੈ ਸਾਡੇ ਵੇਲੇ ਉਸ ਸਿੱਟ ਨੂੰ ਕੋਈ ਕਲੂ ਮਿਲਿਆ ਜਾਂ ਨਹੀਂ ਮਿਲਿਆ ਤੁਸੀਂ ਬੜੇ ਤੁਸੀਂ ਰਾਹ ਦੇਣ ਦੇ ਸ਼੍ਰੋਮਣੀ ਕਮੇਟੀ ਨੇ ਅਨਾਊਂਸ ਕੀਤਾ ਤੁਸੀਂ ਦਿੱਤਾ ਉਹਨਾਂ ਨੂੰ ਦਿੱਤਾ 10-10 ਲੱਖ ਮੁਆਵਜ਼ਾ ਦਿੱਤਾ ਤੁਸੀਂ 10-10 ਲੱਖ ਦਿੱਤਾ ਸਾਡੀ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਕੀ ਕੀਤਾ 10-10 ਲੱਖ ਰੁਪਇਆ ਸਰਕਾਰ ਨੇ ਕੀ ਕੀਤਾ ਇੱਕ ਇੱਕ ਨੌਕਰੀ ਤੇ 10-10 ਲੱਖ ਤੁਸੀਂ ਕਰੋੜ ਕਿਉਂ ਨਹੀਂ ਦਿੱਤਾ ਫਿਰ ਹੁਣ ਦੀ ਕਰੋੜ ਕਰੋੜ ਮੰਗ ਕਰਦੇ ਹੋ ਇਹਨਾਂ ਨੇ ਰਿਵਾਰਡ ਪਾਇਆ ਨਾ ਮੈਂ ਸਾਡੀ ਸਰਕਾਰ ਨੇ ਮੈਂ ਬਾਕੀਆਂ ਨੂੰ ਵੀ ਦੇ ਰਿਹਾ ਔਰ ਇਹਨਾਂ ਦਾ ਇਹਨਾਂ ਨੇ 10-10 ਲੱਖ ਔਰ ਇਹਨਾਂ ਦੀ ਨੌਕਰੀ ਵੀ ਨੌਕਰੀ ਦਿੱਤੀ ਹੋਈ ਹੈ ਨੌਕਰੀ ਕਰ ਰਹੇ ਆ ਬੰਦੇ ਨੌਕਰੀ ਕਰ ਰਹੇ ਆ ਇਨਸਾਫ ਦੀ ਲੜਾਈ ਨੂੰ ਦਬਾਉਣ
ਫੜਨਾ ਨਹੀਂ ਉਹਨਾਂ ਨੂੰ ਜਿਨ੍ਹਾਂ ਨੇ ਬਲਾਸਟ ਕੀਤਾ ਉਹਨਾਂ ਨੂੰ ਫੜਨਾ ਨਹੀਂ ਜਿਹੜਾ ਮਰਿਆ ਉਹਨੂੰ 10-10 ਲੱਖ ਕਿਉਂ ਨਹੀਂ ਦਿੱਤਾ ਉਹਨਾਂ ਨੂੰ 50-50 ਲੱਖ ਕਿਉਂ ਨਹੀਂ ਦਿੱਤਾ ਪਰ ਚਲੋ ਸਿੱਧੂ ਇਸ ਬਹਿਸ ਦੇ ਵਿੱਚ ਸਵਾਲ ਇਹ ਵੀ ਹੈ ਕਿ ਇਨਸਾਫ ਮਾਰਚ ਦੀ ਫੂਕ ਕੱਢਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਤੇ ਤੁਸੀਂ ਤਾਂ ਬਰਗਾੜੀ ਮੋਰਚੇ ਨਾਲ ਜੁੜੇ ਹੋਏ ਹੋ ਹੁਣ ਤੁਸੀਂ ਕਹਿ ਰਹੇ ਹੋ ਅਸੀਂ ਸਾਥ ਦੇ ਰਹੇ ਹਾਂ ਅਸੀਂ ਕਹਿੰਦੇ ਓਪਨਲੀ ਆਉਣ ਦੀ ਸਾਥ ਦੇ ਰਹੇ ਓਪਨਲੀ ਆਉਣ ਉਹ ਕਹਿ ਰਹੇ ਓਪਨਲੀ ਆਉਣ ਇਹ ਜਿਹੜੇ ਕਹਿ ਰਹੇ ਓਪਨਲੀ ਆਓ ਸਾਡੇ ਨਾਲ ਕਿੱਤਾ ਨਾ ਕਰਨ ਹਾਂ ਕਿਉਂ ਨਹੀਂ ਅਸੀਂ ਤਾਂ ਸਿੱਧਾ ਕਿਹਾ ਕਿ ਅਸੀਂ ਨਹੀਂ ਕੈਪਟਨ ਸਾਹਿਬ ਤੁਸੀਂ ਨਹੀਂ ਜਿਹੜੇ ਫੂਕ ਕੱਢਣ ਦੀ ਕੋਸ਼ਿਸ਼ ਕਰਦੇ ਓਪਨਲੀ ਆਉਣ ਕਿਤੇ ਕਿੱਤਾ ਨਾ ਕਰਨ ਜਿਹੜਾ ਪੁਆਇੰਟ ਮੈਂ ਆ ਰਿਹਾ ਸੀ ਦੇਖੋ ਗੁਰੂ ਗ੍ਰੰਥ ਸਾਹਿਬ ਫੂਕ ਦੇ ਉੱਤੇ ਅਸੀਂ ਕੀ ਗੱਲ ਕਰਨੀ 7 ਤਰੀਕ ਨੂੰ ਹਸ਼ਰ ਕੀ ਹੋਇਆ ਤੁਹਾਡਾ ਤੁਸੀਂ ਭੁੱਲ ਗਏ ਹੋ ਸੁਣੋ ਉਹਨਾਂ ਨੇ ਇਸ਼ਤਿਹਾਰ ਲਾਏ ਪਿੰਡਾਂ ਚ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਹਿੰਮਤ ਹੈ ਤਾਂ ਲੈ ਲਓ ਉਦੋਂ ਸਰਕਾਰ ਕਿੱਥੇ ਸੀ ਉਹ ਬੰਦੇ ਮਾਰਦੀ ਹੈ ਉਹਨਾਂ ਨੂੰ ਨਹੀਂ ਫੜਦੀ ਅੱਜ ਸਰਕਾਰ ਨੇ ਕੀ ਦਿੱਤਾ ਅੱਜ ਸਰਕਾਰ ਨੇ ਕੀ ਦਿੱਤਾ ਕਿ ਸਰਕਾਰ ਤੋਂ ਅਸੀਂ ਕੀ ਮੰਗਦੇ ਹਾਂ ਅਸੀਂ ਕੋਈ ਮੰਗਦੇ ਨਹੀਂ ਸਰਕਾਰ ਤੋਂ ਡਾਕਟਰ ਸਾਹਿਬ ਕਹੀ ਤਾਂ ਜਾਂਦਾ ਇੱਕੋ ਹੀ ਚੀਜ਼ ਆ ਅਸੀਂ ਇਨਸਾਫ ਮੋਰ ਤੇ ਆਉਂਦੇ ਹਾਂ ਜੇ ਸਾਨੂੰ ਇਨਸਾਫ ਦੇ ਦੇਣਗੇ ਤੇ ਵੈਰੀ ਗੁੱਡ ਕੱਲ ਨੂੰ ਬਹੁਤ ਇੰਪੋਰਟੈਂਟ ਗੱਲ ਕਰ ਲਓ ਨਾ ਜਾ ਕੇ ਫਿਰ ਅਸੀਂ ਤਾਂ ਇਹੀ ਇੰਪੋਰਟੈਂਟ ਗੱਲ ਦੇ ਨਾਲ ਇਸ ਸਵਾਲ ਦਾ ਜਵਾਬ ਦੇ ਦਿਓ ਇਨਸਾਫ ਮਿਲੇਗਾ ਜਾਂ ਇਨਸਾਫ ਇਸ ਪੋਲੀਟੀਕਲ ਆਊਟਫਿਟ ਦੇ ਵਿੱਚ ਗਵਾਚ ਗਿਆ ਦੇਖੋ ਮੈਂ ਇੱਕ ਗੱਲ ਸਾਫ ਕਰਨੀ ਚਾਹੁੰਦਾ ਸਾਰੇ ਪੋਲੀਟੀਕਲ ਪਾਰਟੀਆਂ ਦੇ ਵਕਤਾ ਹੈਗੇ ਆ ਸਤਿਕਾਰਯੋਗ ਆ ਸਮਝਦਾਰ ਆ ਪੜ੍ਹੇ ਲਿਖੇ ਆ ਪੋਲੀਟਿਕਸ ਨੂੰ ਕੰਡੈਮ ਕਰੀ ਜਾਂਦੇ ਹੋ ਵੋਟਰਸ ਨੂੰ ਅਬਿਊਜ਼ ਕਰੀ ਜਾਂਦੇ ਹੋ ਉਹ ਪੋਲੀਟਿਕਸ ਫੋਰ ਹੂਮ ਇਫ ਪੋਲੀਟਿਕਸ ਇਜ਼ ਫੋਰ ਦੀ ਵੈਲਫੇਅਰ ਆਫ ਦੀ ਡਾਊਨ ਟ੍ਰੋਡਨ ਪੀਪਲ ਅੰਬਰੇਸ ਇਟ ਲਵ ਇਟ ਲਾਈਕ ਇਟ ਐਂਡ ਬੀ ਇਨ ਇਟ ਇਫ ਵੋਟਸ ਆਰ ਫੋਰ ਦੀ ਵੈਲਫੇਅਰ ਆਫ ਦਾ ਪੀਪਲ ਡਾਊਨ ਟ੍ਰੋਡਨ ਪੀਪਲ ਅਪਲਿਫਟਮੈਂਟ ਆਫ ਦੀ ਡਾਊਨ ਟ੍ਰੋਡਨ ਪੀਪਲ ਅੰਬਰੇਸ ਇਟ ਇਟਸ ਅ ਲਵਲੀ ਥਿੰਗ ਵਾਈ ਡਿਸਕਾਰਡ ਵਾਈ ਅਬਿਊਜ਼ ਦੈਟ ਪੋਲੀਟਿਕਸ ਕਰੋ ਕੋਈ ਮਿਣਾ ਨਹੀਂ ਪੋਲੀਟਿਕਸ ਸਵਾਰਥ ਲਈ ਨਾ ਕਰੋ ਪਰਿਵਾਰਵਾਦੀ ਪੋਲੀਟਿਕਸ ਨਾ ਕਰੋ ਰਿਸ਼ਵਤਖੋਰੀ ਵਾਲੀ ਪੋਲੀਟਿਕਸ ਨਾ ਕਰੋ ਪੋਲੀਟਿਕਸ ਇਜ਼ ਅ ਵੈਰੀ ਸੀਕ੍ਰੇਟ ਵਰਡ ਗੁਰੂ ਨੇ ਤਾਂ ਮੀਰੀ ਪੀਰੀ ਦਾ ਇੱਕੋ ਹੀ ਸਿਧਾਂਤ ਦਿੱਤਾ ਦੋ ਸਿਧਾਂਤ ਹੀ ਨਹੀਂ ਹੈਗੇ ਤਾਂ ਤੁਸੀਂ ਮਤਲਬ ਇੱਕ ਪਾਸੇ ਨੂੰ ਕੰਡੈਮ ਕਰੇ ਗੁਰੂ ਨੇ ਵੀ ਪੋਲੀਟਿਕਸ ਕੀਤੀ ਹੈ ਕਿਉਂ ਨਹੀਂ ਕੀਤੀ ਗੁਰੂਆਂ ਨੇ ਪੋਲੀਟਿਕਸ ਗੁਰੂਆਂ ਨੇ ਪੋਲੀਟਿਕਸ ਸਵਾਰਥ ਲਈ ਨਹੀਂ ਕੀਤੀ ਪਰਿਵਾਰਵਾਦੀ ਨਹੀਂ ਕੀਤੀ ਰਿਸ਼ਵਤਖੋਰੀ ਵਾਲੀ ਨਹੀਂ ਕੀਤੀ ਉਹਨਾਂ ਨੇ ਪੋਲੀਟਿਕਸ ਕੀਤੀ ਹੈ ਫੋਰ ਦੀ ਵੈਲਫੇਅਰ ਆਫ ਦੀ ਡਾਊਨ ਟ੍ਰੋਡਨ ਪੀਪਲ ਐਂਡ ਦੈਟ ਵਾਜ਼ ਅ ਲੈਜੀਟੀਮੇਟ ਥਿੰਗ ਦੈਟ ਇਜ਼ ਅ ਰਾਈਟ ਥਿੰਗ ਐਂਡ ਆਈ ਪ੍ਰੇ ਯੂ ਟੂ ਆਲ ਪਾਰਟੀਜ਼ ਤੁਸੀਂ ਇੱਥੇ ਰਿਪ੍ਰਜੈਂਟ ਕਰ ਰਹੇ ਹੋ ਇਹੋ ਜਿਹੀ ਪੋਲੀਟਿਕਸ ਖੇਡੋ ਸੇਕ੍ਰਿਡ ਵੀ ਸ਼ੁੱਡ ਬੀ ਪਾਇਸ ਵੀ ਸ਼ੁੱਡ ਬੀ ਲਵਲੀ ਵੀ ਸ਼ੁੱਡ ਬੀ ਫੋਰ ਦੀ ਵੈਲਫੇਅਰ ਆਫ ਦਾ ਡਾਊਨ ਟ੍ਰੋਡਨ ਪੂਅਰ ਪੀਪਲ ਐਕਸਪਲੋਇਟਡ ਪੀਪਲ ਚਲੋ ਬਹੁਤ ਧੰਨਵਾਦ ਡਾਕਟਰ ਤੁਹਾਡਾ ਚਰਨ ਸਿੱਧੂ ਤੁਹਾਡਾ ਬਹੁਤ ਧੰਨਵਾਦ ਚੰਜੀ ਬਰਾੜ ਤੁਹਾਡਾ ਬਹੁਤ ਧੰਨਵਾਦ ਰਿੰਪਲ ਮੇਰਾ ਤੁਹਾਡਾ ਬਹੁਤ ਧੰਨਵਾਦ ਬੂਟਾ ਸਿੰਘ ਬਰਾਕੀ ਤੁਹਾਡਾ ਬਹੁਤ ਧੰਨਵਾਦ 180 ਕਿਲੋਮੀਟਰ ਦੇ ਇਨਸਾਫ ਮਾਰਚ ਦੀ ਮੰਜ਼ਲ ਕੀ ਹੋਵੇਗੀ 190 ਦਿਨਾਂ ਵਾਲੇ ਬਰਗਾੜੀ ਮੋਰਚੇ ਦੇ ਸਮਾਪਤੀ ਵੱਲ ਜੇ ਕਦਮ ਵੱਧ ਰਿਹਾ ਤਾਂ ਉਹਦਾ ਹਾਸਲ ਕੀ ਹੈਗਾ ਅਤੇ ਜੇ ਮਾਫ਼ੀ ਮੰਗ ਲਏਗੀ ਤਾਂ ਉਹ ਮਾਫ਼ੀਨਾਮੇ ਦੇ ਵਿੱਚ ਕਿਹੜੇ ਕਿਹੜੇ ਸ਼ਬਦ ਸ਼ਾਮਿਲ ਹੋਣਗੇ ਜਿਨ੍ਹਾਂ ਦੀ ਮਾਫ਼ੀ ਮੰਗੀ ਜਾਵੇਗੀ ਬਹੁਤ ਸਾਰੇ ਸਵਾਲ ਬਾਕੀ ਹੈਗੇ ਆ ਇਹਨਾਂ ਸਵਾਲਾਂ ਦੇ ਵਿਚਾਲੇ ਇੱਕ ਸਵਾਲ ਤਾਂ ਬਾਕੀ ਰਹੇਗਾ ਇਨਸਾਫ ਲਈ ਇਹ ਸਭ ਕੁਝ ਕਾਫ਼ੀ ਹੈਗਾ ਜਾਂ ਇਨਸਾਫ਼ ਦੇ ਵਿਚਾਲੇ ਸਿਰਫ ਆਪਣੀ ਪੋਲੀਟੀਕਲ ਆਊਟਫੁੱਟ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਤੋਂ ਅੱਗੇ ਹੋਰ ਕੁਛ ਨਹੀਂ ਬਹੁਤ ਧੰਨਵਾਦ